ਨੂੰ ਮਾਂ ਦੇ ਚੰਦ ਦਲਾਰਿਆਂ ਨੂੰ, ਮੇਰੇ ਦੋਸਤ ਮਿੱਤਰ ਰੱਬ ਵਰਗੇ ਪਿਆਰੇ ਪਿਆਰੇ ਲਿਸਨਰ ਸਾਰਿਆਂ ਨੂੰ, ਔਰ ਮੈਂ ਹਾਂ ਤੁਹਾਡਾ ਹੋਸਟ ਐਂਡ ਦੋਸਤ ਸ਼ੁਭਦੀਪ ਲੰਡਨ ਸਟੂਡੀਓ ਤੇ ਮੇਰੇ ਨਾਲ ਅੱਜ ਬਹੁਤ ਹੀ ਪਿਆਰੇ ਪੰਜਾਬੀ ਮਾਂ ਬੋਲੀ ਦੇ ਪੁੱਤਰ ਵਿਰਸੇ ਦੀ ਸੇਵਾ ਕਰਦੇ ਹਮੇਸ਼ਾ ਹੀ ਸਾਡੇ ਨਾਲ ਜੁੜੇ ਨੇ ਅੱਜ ਸਟੂਡੀਓ ਵਿੱਚ ਲੰਡਨ ਦੇ ਵਿੱਚ, ਉਹਨਾਂ ਨਾਲ ਕਰਾਂਗੇ ਗੱਲਬਾਤ, ਉਹਨਾਂ ਦੀਆਂ ਦਿਲ ਦੀਆਂ ਗੱਲਾਂ ਸੁਣਾਂਗੇ ਤੇ ਆਪਣੀਆਂ ਸੁਣਾਵਾਂਗੇ ਤੇ ਸਾਡੇ ਨਾਲ ਮੇਰੀ ਆਵਾਜ਼ ਬਹੁਤ ਹੀ ਪਿਆਰਾ ਜਿਹਾ ਸਾਡਾ ਵੀਰ ਸਾਡੇ ਨਾਲ ਸਟੂਡੀਓ ਵਿੱਚ ਬਿਰਾਜਮਾਨ ਨੇ ਤੇ ਉਹਨਾਂ ਨੂੰ ਬੁਲਾਉਂਦੇ ਹਾਂ, ਖੁੱਲਾ ਸੱਦਾ ਦਿੰਦੇ ਹਾਂ ਤੇ ਸਤਿ ਸ੍ਰੀ ਅਕਾਲ ਕਰਦੇ ਹਾਂ। ਹਾਟ ਮਾਨਕੂ ਸਾਹਿਬ ਆ ਜੋ ਲੰਘਿਆ ਹੋ ਰੇਡੀਓ ਵਿਰਸੇ ਦੇ ਪਰਿਵਾਰ ਵਿੱਚ, ਤੁਹਾਨੂੰ ਜੀ ਆਇਆਂ ਕਹਿੰਦੇ ਹਾਂ, ਸਤਿ ਸ੍ਰੀ ਅਕਾਲ। ਹਾਂਜੀ ਵੀਰੇ, ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਪਹਿਲਾਂ ਤੁਹਾਡੀ ਸਾਰੀ ਟੀਮ ਨੂੰ ਤੇ ਸਾਰੇ ਲਿਸਨਰਸ ਨੂੰ। ਬਿਲਕੁਲ ਜੀ, ਬਹੁਤ ਬਹੁਤ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ, ਬਹੁਤ ਕੀਮਤੀ ਟਾਈਮ ਤੁਸੀਂ ਮਾਨਕੂ ਸਾਹਿਬ ਕੱਢਿਆ ਤੇ ਬਹੁਤ ਬਹੁਤ ਸ਼ੁਕਰੀਆ ਸਾਰੀ ਟੀਮ ਵੱਲੋਂ ਕਰਦਾ ਤੁਹਾਡਾ, ਕਿਉਂਕਿ ਕੀਮਤੀ ਰਜੇਵਿਆਂ ਦੇ ਵਿੱਚੋਂ ਕੱਢ ਕੇ ਤੁਸੀਂ ਸਟੂਡੀਓ ਵਿੱਚ ਜੁੜਦੇ ਹੋ, ਰੇਡੀਓ ਵਿਰਸੇ ਪਰਿਵਾਰ ਨਾਲ ਜੁੜਦੇ ਹੋ, ਸਾਨੂੰ ਬਹੁਤ ਵਧੀਆ ਲੱਗਦਾ, ਬਹੁਤ ਬਹੁਤ ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ। ਤੇ ਅਸੀਂ ਗੱਲਬਾਤ ਕਰਦੇ ਹਾਂ ਜੀ ਤੁਹਾਡੀ ਮਾਨਕੂ ਸਾਹਿਬ, ਕਿ ਤੁਹਾਡੀ ਲਾਈਫ ਬਾਰੇ ਗੱਲਬਾਤ ਕਰਦੇ ਹਾਂ ਕਿ ਇੱਕ ਕੀ ਰਾਜ ਆ, ਇੱਕ ਹਾਰਟ ਔਰ ਮਾਨਕੂ, ਇਹਦੇ ਵਿੱਚ ਰਾਜ ਦੱਸੋ ਕਿ ਕਿਸ ਤਰੀਕੇ ਨਾਲ ਇਹ ਨਾਮ ਤੁਹਾਨੂੰ ਨਾ ਬੁਲਾਇਆ ਜਾਂਦਾ ਸੀ, ਔਰ ਸਭ ਤੋਂ ਪਹਿਲਾਂ ਤੁਹਾਡਾ ਕਿਹੜੇ ਨਾਂ ਨਾਲ ਬੁਲਾਇਆ ਜਾਂਦੇ ਸੀ, ਜੇ ਬੇਬੇ ਆਵਾਜ਼ ਕਿਹੜੇ ਨਾਂ ਨਾਲ ਮਾਰਦੀ ਸੀ? ਹਾਂਜੀ, ਐਕਚੁਲੀ ਮੇਰਾ ਫੁੱਲ ਨਾਮ ਹੈਗਾ ਜੀ ਹਰਪਿੰਦਰ ਸਿੰਘ ਮਾਨਕੂ ਜੀ, ਮਾਨਕੂ ਮੇਰਾ ਸਰਨੇਮ ਆ ਜੀ। ਉਦਾਂ ਫਿਰ ਮੈਂ ਕਾਲਜ ਦੇ ਵਿੱਚ ਰੈਪ ਵਗੈਰਾ ਕਰਦਾ ਸੀਗਾ ਜੀ, ਤੇ ਉੱਥੇ ਫਿਰ ਮੈਨੂੰ ਇਹ ਨਾਮ ਮਿਲਿਆ, ਮੈਨੂੰ ਹਾਰਟ ਮਿਲ ਗਿਆ, ਮੇਰੇ ਲਾਈਕ ਸ਼ੋਰਟ ਨੇਮ ਤੋਂ ਬੁਲਾਉਣ ਲੱਗ ਗਏ ਸਾਰੇ ਰੈਪ ਕਰਕੇ। ਕਿਆ ਬਾਤ ਹੈ ਜੀ, ਬਹੁਤ ਵਧੀਆ ਗੱਲ ਹੈ ਜੀ, ਤੇ ਸ਼ੋਰਟ ਨੇਮ ਨਾਲ ਤੁਹਾਨੂੰ ਬੁਲਾਉਣ ਲੱਗ ਪਏ ਤੇ ਵਧੀਆ ਗੱਲ ਆ। ਪਰ ਤੁਹਾਡੇ ਦੋਸਤ ਮਿੱਤਰ ਜਿੱਦਾਂ ਜਦ ਤੁਸੀਂ ਪੜ੍ਹਦੇ ਸੀ ਉਦੋਂ ਰੈਪ ਰੂਪ ਕਰਦੇ ਸੀ, ਉਦਾਂ ਹੀ ਉਹਦਾ ਉਹਨਾਂ ਨੇ ਹਾਰਟ ਮਤਲਬ ਬਹੁਤ ਸ਼ਾਰਟਕੱਟ ਕਰ ਦਿੱਤਾ, ਤੇ ਤੁਹਾਨੂੰ ਕਿੱਦਾਂ ਲੱਗਦਾ ਸੀ ਵੀ ਤੁਸੀਂ ਘਰ ਆਣ ਕੇ ਦੱਸਿਆ ਜਾਂ ਘਰਦਿਆਂ ਨੂੰ ਕਿੱਦਾਂ ਪਤਾ ਲੱਗਿਆ ਇਸ ਚੀਜ਼ ਬਾਰੇ? ਬਸ ਘਰਦਿਆਂ ਨੂੰ ਬਸ ਹੌਲੀ ਹੌਲੀ ਪਤਾ ਲੱਗਾ, ਪਹਿਲਾਂ ਤਾਂ ਉਹਨਾਂ ਨੇ ਕਿਹਾ ਵੀ ਕਿੱਦਾਂ ਦਾ ਨਾਮ ਰੱਖ ਲਿਆ ਤੂੰ, ਏਦਾਂ ਜਦੋਂ ਪਹਿਲਾਂ ਟਰੈਕ ਕੀਤਾ ਸੀਗਾ ਮੈਂ ਆਪਣਾ 1984 ਤੇ ਜੀ। ਹਾਂਜੀ, ਉਦੋਂ ਉਹਨਾਂ ਨੇ ਕਿਹਾ ਵੀ ਕਿੱਦਾਂ ਦਾ ਨਾਮ ਰੱਖ ਲਿਆ ਤੂੰ, ਵੀ ਆਪਣਾ ਅਸਲੀ ਰੱਖ ਲਾ ਜਾਂ ਹੋਰ ਰੱਖ ਲਾ। ਮੇਰਾ ਨਿੱਕ ਨੇ ਐਕਚੁਅਲੀ ਪ੍ਰੀਤ ਆ ਨਾ ਜੀ, ਤੇ ਉਹਨਾਂ ਨੇ ਕਿਹਾ ਵੀ ਉਹ ਰੱਖ ਲਾ, ਮੈਂ ਕਿਹਾ ਨਹੀਂ ਵੀ ਇਹ ਮੈਨੂੰ ਹੁਣ ਠੀਕ ਆ, ਕਿਉਂਕਿ ਸਾਰੇ ਕਾਲਜ ਤੋਂ ਲਾਈਕ ਤਿਆਰ ਦਿੰਦੇ ਸੀ, ਚੰਗਾ ਲੱਗਦਾ ਸੀਗਾ, ਫਿਰ ਮੈਂ ਰੱਖ ਲਿਆ ਜੀ ਨਾਮ। ਹਾਏ ਹਾਏ, ਕਿਆ ਬਾਤ ਆ ਜੀ ਮਾਨਕੂ ਸਾਹਿਬ, ਤੇ ਹਾਰਟ ਸਾਰਿਆਂ ਦਾ ਨਾਲ ਦਿਲ ਖੁਸ਼ ਹੋ ਗਿਆ ਜੀ, ਔਰ ਉਹਨਾਂ ਦਾ ਮਾਨ ਸਨਮਾਨ ਤੁਸੀਂ ਦਿੱਤਾ ਸਾਰਿਆਂ ਦੋਸਤਾਂ ਮਿੱਤਰਾਂ ਨੂੰ, ਬਹੁਤ ਬਹੁਤ ਸ਼ੁਕਰੀਆ। ਪਰ ਫਿਰ ਵੀ ਐਂਡ ਆਫ ਦਾ ਡੇ ਸਾਡੇ ਮਾਮ ਡੈਡ ਜੋ ਸਾਡੇ ਪੇਰੈਂਟਸ ਸਾਨੂੰ ਅਲਾਉ ਕਰਦੇ ਆ ਕੁਛ ਗੱਲਾਂ ਨੇ, ਉਹਨਾਂ ਲਈ ਤਾਂ ਅੱਜ ਵੀ ਤੁਸੀਂ ਜਿਹੜੇ ਨਾਂ ਨਾਲ ਅੱਜ ਵੀ ਬੁਲਾਉਂਦੇ ਸੀ ਜਾਂ ਪ੍ਰੀਤ ਕਹਿ ਕੇ ਜਾਂ ਉਹੀ ਨਾਂ ਗੁੱਲਾਂ ਤੇ ਚੜਿਆ ਹੁੰਦਾ, ਉਸ ਗੱਲਾਂ ਨਾਲ ਹੀ ਬੁਲਾਉਂਦੇ ਹੋਣੇ ਆ? ਹਾਂਜੀ ਹਾਂਜੀ ਹਾਂਜੀ, ਸਾਰੇ ਮੇਰੇ ਲਾਈਕ ਪਹਿਲਾਂ ਤੋਂ ਯਾਰ ਦੋਸਤ ਬਚਪਨ ਦੇ ਸਾਰੇ ਉਹੀ ਨਾਮ ਪੁਰਾਣੇ ਨਾਮ ਨਾਲ ਮਿਲਾਉਂਦੇ ਨੇ, ਕਰਦੇ ਵੀ। ਬਿਲਕੁਲ ਜੀ, ਤੇ ਤੁਹਾਡੇ ਸਕੂਲਾਂ ਦੇ ਦਿੱਤਾ ਹੋਇਆ ਨਾਮ ਜੀ, ਬਹੁਤ ਵਧੀਆ ਗੱਲ ਆ, ਕਿਉਂਕਿ ਇੱਕ ਵੱਖਰੀ ਆਈਡੈਂਟੀ, ਵੱਖਰਾ ਬ੍ਰੈਂਡ, ਬਹੁਤ ਵਧੀਆ ਲੱਗਾ। ਤੇ ਸਭ ਤੋਂ ਇਸ ਦੇ ਨਾਂ ਨਾਲ ਹੀ ਪੁੱਛਾਂਗੀ ਕਿ ਮਾਂ ਅੱਜ ਵੀ ਪ੍ਰੀਤ ਕਹਿ ਕੇ ਜਾਂ ਮਾਨਕੂ ਕਹਿ ਕੇ ਬੁਲਾਉਂਦੀ ਆ ਜਾਂ ਪੂਰਾ ਨਾਂ ਲੈ ਕੇ ਬੁਲਾਉਂਦੀ ਆ? ਔਰ ਇਸ ਦੇ ਨਾਲ ਅਸੀਂ ਪੁੱਛਣਾ ਚਾਹਾਂਗੇ ਕਿ ਮਾਮ ਡੈਡ ਦਾ ਨਾਮ ਪੁੱਛਣਾ ਚਾਹਾਂਗੇ ਕਿ ਉਹ ਕਿਹੜੇ ਕਿਸਮਤ ਵਾਲੇ ਮਾਂ ਪਿਓ ਨੇ ਜਿਨ੍ਹਾਂ ਨੇ ਇੱਕ ਬਹੁਤ ਹੀ ਪਿਆਰੀ ਹੈ ਪੁੱਤਰ ਨੂੰ ਜਨਮ ਦਿੱਤਾ, ਤੇ ਉਹਨਾਂ ਦਾ ਨਾਂ ਸਹਿਰ ਉੱਚਾ ਹੁੰਦਾ ਫਕਰ ਦੇ ਨਾਲ, ਤੇ ਉਹਨਾਂ ਬਾਰੇ ਪੁੱਛਣਾ ਚਾਹਾਂਗੇ ਥੋੜਾ ਜਿਹਾ ਜੀ। ਹਾਂਜੀ, ਮੇਰੇ ਡੈਡ ਦਾ ਨਾਮ ਹੈ ਸਰਦਾਰ ਲਤਾਰ ਸਿੰਘ ਤੇ ਮੰਮੀ ਗੁਰਦੀਸ਼ ਕੌਰ ਜੀ। ਬਹੁਤ ਵਧੀਆ, ਐਕਚੁਅਲੀ ਮੇਰੇ ਪਹਿਲਾਂ ਰਾਈਟਰ ਨੇ ਮੇਰੇ ਡੈਡ, ਐਕਚੁਅਲੀ ਉਹ ਗੀਤ ਲਿਖਦੇ ਨੇ ਤੇ ਉਹੀ ਸ਼ੁਰੂਆਤ ਤੋਂ ਲਾਈਕ ਮੈਂ ਉਹਨਾਂ ਨੂੰ ਛੋਟਾ ਹੁੰਦਾ ਉਹਨਾਂ ਦੇ ਗੀਤ ਵਗੈਰਾ ਸੁਣਦਾ ਹੁੰਦਾ ਸੀ, ਬਸ ਏਦਾਂ ਹੀ ਫਿਰ ਮੇਰਾ ਵੀ ਇੰਟਰਸਟ ਵੱਧਦਾ ਗਿਆ ਇਧਰਲੇ ਪਾਸੇ, ਫਿਰ ਮੈਂ ਲੱਗ ਗਿਆ। ਕਿਆ ਬਾਤ ਹੈ ਜੀ, ਬਹੁਤ ਖੂਬ ਆ, ਤੇ ਇਹਦਾ ਮਤਲਬ ਕਿ ਜੋ ਡੈਡ ਨੇ ਲਿਖਣਾ ਤੇ ਜਿਹੜੇ ਸੁਣਾਉਣਾ ਕਰਨਾ ਤੇ ਇਹਦੇ ਨਾਲ ਨਾਲ
ਮਾਣਕੂ ਸਾਹਿਬ ਨੂੰ ਵੀ ਨਾਲ ਲੋਰੀ ਦੀ ਲੋਰੀ ਮਿਲ ਜਾਂਦੀ ਸੀ ਜੇ ਕਿਹਾ ਜਾਵੇ ਤੇ ਲੋਰੀਆਂ ਹੀ ਮਿਲਦੀਆਂ ਸੀਗੀਆਂ ਕੁਛ ਨਵੇਂ ਬੋਲ ਸੁਣ ਕੇ ਠੀਕ ਨੇ ਐਕਚੁਅਲੀ ਉਹਨਾਂ ਨੂੰ ਪਤਾ ਨੀ ਸੀ ਵੀ ਮੈਂ ਇੱਧਰਲੇ ਪਾਸੇ ਜਾ ਰਿਹਾ ਕਿਉਂਕਿ ਛੋਟਾ ਹੁੰਦਾ ਸੀ ਮੈਂ ਕਾਫੀ ਲਾਈਕ ਫੋਰਥ ਜਾਂ ਫਿਫਥ ਦੇ ਵਿੱਚ ਪੜ੍ਹਦਾ ਸੀ ਜੀ ਤੇ ਮੈਨੂੰ ਚੰਗਾ ਲੱਗਦਾ ਸੀ ਵੀ ਇਹ ਡੈਡ ਦਾ ਲਿਖਿਆ ਗਾਣਾ ਚੱਲ ਰਿਹਾ ਸੁਣਾਉਣਾ ਹਨਾ ਵੀ ਇਹ ਮੇਰਾ ਲਿਖਿਆ ਇੱਧਰ ਤੇ ਫਿਰ ਮੈਨੂੰ ਚੰਗਾ ਲੱਗਦਾ ਸੀ ਮੈਂ ਵੀ ਫਿਰ ਇੱਧਰਲੇ ਪਾਸੇ ਹੋ ਗਿਆ ਆਪਣਾ ਲਾਈਕ ਸਕੂਲ ਦੇ ਵਿੱਚ ਗਾਉਣ ਵਗੈਰਾ ਲੱਗ ਗਿਆ ਤੇ ਮੈਨੂੰ ਚੰਗਾ ਲੱਗਦਾ ਸੀਗਾ ਵਾਹ ਜੀ ਵਾਹ ਕਿਆ ਬਾਤ ਆ ਜੀ ਤੇ ਬਹੁਤ ਵਧੀਆ ਜੀ ਧੰਨਵਾਦ ਕਰਾਂਗੇ ਉਸ ਮਾਮ ਡੈਡ ਦਾ ਜਿਨ੍ਹਾਂ ਨੇ ਇੱਕ ਚੰਗੀ ਸ਼ਿਕਸ਼ਾ ਦੇ ਕੇ ਇੱਕ ਚੰਗੇ ਪਾਸੇ ਨੂੰ ਤੁਹਾਨੂੰ ਲਾਇਆ ਔਰ ਤੁਹਾਡੀ ਵੀ ਲਗਨ ਦੇ ਬੁਲਾਰੇ ਜਾਈਏ ਕਿ ਤੁਸੀਂ ਉਹਨਾਂ ਦੀਆਂ ਸੋਚ ਦੇ ਉੱਤੇ ਉਹਨਾਂ ਦੀ ਲਿਖਤੀ ਨੂੰ ਇੱਜ਼ਤ ਮਾਨ ਦਿੱਤਾ ਔਰ ਕਿਹਾ ਕਿ ਚਲੋ ਡੈਡ ਲਿਖਦਾ ਆ ਔਰ ਕਹਿੰਦੇ ਨੀ ਥੋੜਾ ਮੋਟਾ ਅਸਰ ਬੱਚਿਆਂ ਤੇ ਪੈ ਹੀ ਜਾਂਦਾ ਔਰ ਤੁਹਾਡੇ ਤੇ ਪਿਆ ਔਰ ਜਿਹਦੇ ਨਾਲ ਉਹਨਾਂ ਨੂੰ ਫਕਰ ਹੋਇਆ ਬਹੁਤ ਵਧੀਆ ਗੱਲ ਆ ਤੇ ਉਹ ਕਿਹੜਾ ਸਥਾਨ ਵੀਰ ਜੀ ਕਿ ਜਿੱਥੇ ਸਾਡੇ ਵੀਰ ਨੇ ਜਨਮ ਲਿਆ ਤੇ ਕਿਹੜੀ ਧਰਤੀ ਕਿਹੜੀ ਥਾਂ ਜਿੱਥੇ ਸਾਡਾ ਵੀਰ ਗੁਣਗੁਣਾਇਆ ਔਰ ਖੇਡਿਆ ਹਾਂਜੀ ਮੈਂ ਖੰਨੇ ਦੇ ਵਿੱਚ ਜੰਮੇ ਪਲਿਆ ਜੀ ਜੀ ਹਾਂਜੀ ਖੰਨਾ ਸ਼ਹਿਰ ਲੁਧਿਆਣਾ ਦੇ ਨਾਲ ਹੈ ਤੇ ਮੈਂ ਉੱਥੇ ਜੰਮੇ ਪਲਿਆ ਜੀ ਉੱਥੇ ਪੜ੍ਹਿਆ ਮੈਂ ਵਗੈਰਾ ਸਾਰਾ ਮੇਰਾ ਉੱਥੇ ਹਲੇ ਵੀ ਮੈਂ ਉੱਥੇ ਹੈ ਕਿਆ ਬਾਤ ਹੈ ਜੀ ਤੇ ਖੰਨੇ ਦੇ ਵਿੱਚ ਹੀ ਤੁਸੀਂ ਸਟੱਡੀ ਕੀਤੀ ਆ ਤੇ ਖੰਨੇ ਦੇ ਵਿੱਚ ਹੀ ਪੜ੍ਹਾਈ ਕੀਤੀ ਆ ਤੇ ਬਹੁਤ ਵਧੀਆ ਗੱਲ ਆ ਤੇ ਖੰਨਾ ਉਹ ਖੰਨੇ ਕਹਿੰਦਾ ਆਰਥੀ ਡੋਲੀ ਦੋਵੇਂ ਦਵਿੰਦਰਾ ਖੰਨੇ ਖਾ ਕੇ ਲੰਘਣੇ ਨੀ ਉਹੀ ਖੰਨਾ ਵੀਰ ਜੀ ਹਾਂਜੀ 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 ਇਹ ਖੰਨੇ ਵਾਲਾ ਤਾਂ ਵੈਸੇ ਬਖਸ਼ਿਸ਼ ਆ ਮਣਕੂ ਸਾਹਿਬ ਕੀ ਬੋਲਾਂ ਦੇ ਵਿੱਚ ਇੱਦਾਂ ਦੀਆਂ ਗੱਲਾਂ ਚੇਪ ਦਿੰਦੇ ਖੰਨੇ ਦੀਆਂ ਜਿਹੜੀਆਂ ਸਾਰੀ ਜ਼ਿੰਦਗੀ ਬੁੱਲਾਂ ਤੋਂ ਨਹੀਂ ਜਾ ਸਕਦੀਆਂ ਹਾਂਜੀ 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 ਕਿਆ ਬਾਤ ਹੈ ਜੀ ਬਹੁਤ ਵਧੀਆ ਗੱਲ ਆ ਕਿ ਹੋਣੀ ਵੀ ਇੱਦਾਂ ਚਾਹੀਦੀ ਕਿ ਇੱਕ ਸ਼ਹਿਰ ਦਾ ਨਾਂ ਔਰ ਤੁਸੀਂ ਉੱਚਾ ਕਰਦੇ ਹੋ ਇੱਕ ਮਾਣ ਦਿੰਦੇ ਹੋ ਆਪਣੇ ਸ਼ਹਿਰ ਨੂੰ ਔਰ ਉੱਥੇ ਤੁਸੀਂ ਜੰਮੇ ਪਲੇ ਹੋ ਖੇਡੇ ਹੋ ਪਰ ਇਹ ਜਿਹੜੀ ਗਾਇਕੀ ਆ ਅੱਜ ਦਾ ਜੋ ਤੁਸੀਂ ਰੈਪਿੰਗ ਕਰਦੇ ਤੁਸੀਂ ਦੱਸਿਆ ਵੀ ਔਰ ਮਤਲਬ ਇੱਕ ਇਸ ਤਰੀਕੇ ਨਾਲ ਕਿ ਕਿਹੜੀ ਏਜ ਔਰ ਕਿਹੜਾ ਟਾਈਮ ਜਦੋਂ ਤੁਸੀਂ ਮਤਲਬ ਇਸ ਪਾਸੇ ਨੂੰ ਵੈਸੇ ਤੁਸੀਂ ਦੱਸਿਆ ਕਿ ਡੈਡ ਰਾਈਟਰ ਸੀਗੇ ਔਰ ਉਹਨਾਂ ਨੂੰ ਦੇਖ ਕੇ ਤੁਹਾਨੂੰ ਥੋੜਾ ਮੋਟਾ ਤਾਂ ਸਪਿਰਿਟ ਮਿਲਦੀ ਸੀ ਹਿੰਮਤ ਮਿਲਦੀ ਸੀ ਪਰ ਤੁਹਾਨੂੰ ਕਿਦਾਂ ਲੱਗਾ ਕਿ ਤੁਸੀਂ ਗਾਉਣ ਵੱਲ ਚਲੇ ਜਾਣਾ ਹਾਂਜੀ ਬਸ ਮੈਨੂੰ ਏਦਾਂ ਲਾਈਕ ਗਾਣੇ ਸੁਣਨੇ ਫਿਰ ਮੈਨੂੰ ਵੀ ਚਸਕਾ ਜਿਹਾ ਪੈ ਗਿਆ ਗਾਉਣ ਦਾ ਵਗੈਰਾ ਮੈਂ ਵੀ ਫਿਰ ਗਾਉਣ ਲੱਗ ਗਿਆ ਏਦਾਂ ਚਲੋ ਪਹਿਲਾਂ ਤਾਂ ਲਿਖੇ ਦੂਜੇ ਗਾਣੇ ਗਾਉਣੇ ਫਿਰ ਹੌਲੀ ਹੌਲੀ ਮੇਰਾ ਇੰਟਰਸਟ ਵੱਧਦਾ ਗਿਆ ਫਿਰ ਪਹਿਲਾਂ ਮੈਂ ਸਟੇਜ ਨਾਲ ਜੁੜ ਗਿਆ ਮੈਂ ਭੰਗੜਾ ਵਗੈਰਾ ਕਰਦਾ ਰਿਹਾ ਜੀ ਜੀ ਸਕੂਲ ਦੇ ਵਿੱਚ ਐਕਚੁਅਲੀ ਹਾਂਜੀ ਹਾਂਜੀ ਮੈਂ 6th ਕਲਾਸ ਦੇ ਵਿੱਚ ਪਹਿਲਾਂ ਹੀ ਗਾਉਣ ਵਗੈਰਾ ਲੱਗਿਆ ਸੀ ਸਕੂਲ ਦੇ ਵਿੱਚ ਤੇ ਫਿਰ ਉਸ ਤੋਂ ਬਾਅਦ ਮੈਂ ਆਪਣਾ ਭੰਗੜਾ ਵਗੈਰਾ ਜੁਆਇਨ ਕਰਨ ਲੱਗਿਆ ਜੀ ਕਿਆ ਬਾਤ ਹੈ ਜੀ ਤੇ ਸਕੂਲ ਜੀ ਜੀ ਹਾਂਜੀ ਫਿਰ ਹਾਂਜੀ ਮੈਂ ਫਿਰ ਕਾਲਜ ਵਗੈਰਾ ਜੁਆਇਨ ਕਰ ਲਿਆ ਸੀਗਾ ਜੀ ਮੈਂ ਮੰਡੀ ਗੋਬਿੰਦਗੜ੍ਹ ਪੜ੍ਹਿਆ ਜੀ TMT ਕਾਲਜ ਦੇ ਵਿੱਚ ਤੇ ਉੱਥੇ ਫਿਰ ਮੈਂ ਭੰਗੜਾ ਕੰਟੀਨਿਊ ਰੱਖਿਆ ਤੇ ਹੌਲੀ ਹੌਲੀ ਫਿਰ ਮੈਂ ਰੈਪਿੰਗ ਦੇ ਵਿੱਚ ਵੀ ਪੈ ਗਿਆ ਸੀਗਾ ਜੀ ਮੈਂ ਨਾਲ ਦੇ ਨਾਲ ਰੈਪਿੰਗ ਕਰਨੀ ਜਿਹੜਾ ਤੁਹਾਡੀ ਜਰਨੀ ਤੁਹਾਡਾ ਸਫ਼ਰ ਸ਼ੁਰੂ ਹੋਇਆ ਇਹ ਸਫ਼ਰ ਬਾਰੇ ਕੀ ਕਿਹਾ ਜਾ ਸਕਦਾ ਕਿ ਇਹ ਜਿਹੜਾ ਸਫ਼ਰ ਤੁਹਾਡਾ ਸ਼ੁਰੂ ਹੋਇਆ ਕਿ ਇਹ ਇੱਕ ਸਕੂਲ ਤੋਂ ਹੀ ਹੋ ਗਿਆ ਸੀ ਸ਼ੁਰੂ ਹਾਂਜੀ 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 ਸਕੂਲ ਤੋਂ ਹੀ ਹੋ ਗਿਆ ਸੀ ਤੇ ਮੈਂ ਬਸ ਗਾਇਕੀ ਸੋਚ ਲਿਆ ਸੀਗਾ ਵੀ ਮੈਂ ਸਿੰਗਰ ਬਣੂੰਗਾ ਲਾਈਕ ਫਿਰ ਮੈਨੂੰ ਏਦਾਂ ਹੋ ਗਿਆ ਵੀ ਚਲੋ ਭੰਗੜਾ ਮੈਨੂੰ ਜੋ ਮੈਨੂੰ ਚੀਜ਼ ਐਕਚੁਅਲੀ ਵਧੀਆ ਲੱਗਦੀ ਸੀ ਮੈਂ ਉਹ ਕਰਨ ਲੱਗ ਜਾਂਦਾ ਸੀਗਾ ਤੇ ਮੈਂ ਰੈਪਿੰਗ ਵੀ ਤਾਂ ਹੀ ਇੰਟਰਸਟ ਪੈ ਗਿਆ ਮੇਰਾ ਫਿਰ ਮੈਂ ਉੱਧਰ ਹੀ ਹੋ ਗਿਆ ਸੀਗਾ ਜੀ ਬਿਲਕੁਲ ਜੀ ਬਹੁਤ ਵਧੀਆ ਤੇ ਜੀ ਕੁਛ ਮੈਸੇਜ ਆਏ ਜੀ ਲੰਡਨ ਤੋਂ ਮੈਸੇਜ ਕਰ ਰਿਹਾ ਜੀ ਸਾਡਾ ਜੀਤ ਵੀਰ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜੀ ਮੇਰੇ ਵੱਲੋਂ ਜੀ ਹਾਟ ਮਣਕੂ ਨੂੰ ਸਾਹਿਬ ਨੂੰ ਸਤਿ ਸ਼੍ਰੀ ਅਕਾਲ ਕਹਿ ਦਿਓ ਜੀ ਬਿਲਕੁਲ ਸਤਿ ਸ਼੍ਰੀ ਅਕਾਲ ਤੇ ਨਾਲ ਸਿਮਰਨ ਕੌਰ ਜੀ ਬੈਂਕਾਕ ਤੋਂ ਮੈਸੇਜ ਕਰਦੇ ਆ ਜੀ ਮੇਰੇ ਵੱਲੋਂ ਵੀ ਦੋਨੋਂ ਹੱਥ ਜੋੜ ਕੇ ਸਤਿ ਸ਼੍ਰੀ ਅਕਾਲ ਕਹਿੰਦੀ ਆ ਜੀ ਬਹੁਤ ਬਹੁਤ ਤੇ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੇ ਪਰਮਿੰਦਰ ਕੌਰ ਯੂਕੇ ਵਾਲੀ ਕਹਿੰਦੀ ਜੀ ਬਹੁਤ ਵਧੀਆ ਜੀ ਸਤਿ ਸ਼੍ਰੀ ਅਕਾਲ ਪਰਮਿੰਦਰ ਕੌਰ ਜੀ ਸਤਿ ਸ਼੍ਰੀ ਅਕਾਲ ਤੁਹਾਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ
ਤੇ ਨਾਲ ਦੇ ਨਾਲ ਕੋਲ ਕਰ ਰਹੇ ਨੇ ਵੀਰ, ਮੈਂ ਮਾਫੀ ਚਾਹੂੰਗਾ ਜੀ, ਤੇ ਮੈਂ ਕੋਲ ਨਹੀਂ ਲੈ ਰਿਹਾ, ਆਸਟ੍ਰੇਲੀਆ ਤੋਂ ਕੋਲ ਕਰ ਰਹੇ ਨੇ, ਤਾਂ ਆਸਟ੍ਰੇਲੀਆ ਵਾਲਿਓ ਚਲੋ ਮੈਂ ਕੋਲ ਇੱਕ ਲੈ ਰਿਹਾ, ਦੇਖਦੇ ਆ ਚਲੋ ਐਨੀ ਵੇ, ਤੇ ਗੱਲ ਕਰਦੇ ਉਹਨਾਂ ਨਾਲ। ਹੈਲੋ ਹੈਲੋ ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਔਰ ਕਿੱਥੋਂ ਬੋਲ ਰਹੇ ਹੋ ਜੀ? ਸਤਿ ਸ਼੍ਰੀ ਅਕਾਲ ਜੀ, ਮੈਂ ਆਸਟ੍ਰੇਲੀਆ ਦੇ ਸਿਡਨੀ ਸ਼ਹਿਰ ਦਾ ਰਹਿਣ ਵਾਲਾ ਜੀ। ਬਿਲਕੁਲ, ਸਤਿ ਸ਼੍ਰੀ ਅਕਾਲ ਵੀਰ ਜੀ, ਆਪਣਾ ਨਾਮ ਦੱਸ ਦਿਓ, ਕੀ ਨਾਮ ਹੈ? ਮੇਰਾ ਨਾਮ ਅਮਿਤ ਹੈ ਜੀ। ਅਮਿਤ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਆਇਆ ਕਹਿੰਦੇ ਹਾਂ, ਤੇ ਮੇਰੇ ਨਾਲ ਬੈਠੇ ਨੇ ਸਾਡੀ ਪੰਜਾਬੀ ਮਾਂ ਬੋਲੀ ਦੇ ਪੁੱਤਰ ਹਾਟ ਮਾਨਕੂ ਸਾਹਿਬ, ਤੇ ਜਿਨ੍ਹਾਂ ਨੇ ਬਹੁਤ ਹੀ ਵਧੀਆ ਰੈਪ ਕੀਤੇ ਔਰ ਐਲਬਮਸ ਆਏ ਨੇ, ਸੌਂਗ ਆਏ ਨੇ ਦੋ ਬਹੁਤ ਪਿਆਰੇ ਪਿਆਰੇ, ਤੇ ਕੀ ਕਹਿਣਾ ਚਾਹੋਗੇ ਅੱਜ? ਮੈਂ ਸਤਿ ਸ਼੍ਰੀ ਅਕਾਲ ਬੁਲਾਉਣਾ ਚਾਹੁੰਦਾ ਹਾਟ ਵੀਰ ਨੂੰ ਜੀ। ਹਾਂਜੀ, ਮੈਂ ਇਹਨਾਂ ਦਾ ਗਾਣਾ ਸੁਣਿਆ 1984 ਸੀ, ਮੈਨੂੰ ਬਹੁਤ ਵਧੀਆ ਗਾਣਾ ਲੱਗਦਾ ਬੋਲਾ ਜੀ, ਤੇ ਇਹਨਾਂ ਪਿੱਛੇ ਇੱਕ ਜਾਮ ਸੌਂਗ ਆਇਆ ਜੀ, ਜਾਮ ਸੌਂਗ ਜੀ, ਬਾਈਕ ਮੇਰੀ ਗੱਡੀ ਜੀ ਹਮੇਸ਼ਾ ਰਿਪੀਟ ਤੇ ਚੱਲਦਾ ਜੀ, ਹਮੇਸ਼ਾ ਬਹੁਤ ਵਧੀਆ ਸੌਂਗ ਹੈ ਜੀ। ਹਾਏ 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 ਹਾਏ, ਕਿਆ ਬਾਤ ਹੈ ਵੀਰ ਜੀ, ਕਿਆ ਬਾਤ ਹੈ ਜੀ, ਤੇ ਮਤਲਬ ਸਾਡਾ ਵੀਰ ਪੰਜਾਬੀ ਕੇ ਫੈਨ ਆ ਪੂਰਾ। ਵੀਰ ਗੱਡੀ ਚ ਜਾ ਰਿਹਾ, ਗੱਡੀ ਨਵੀਂ ਲੈ ਕੇ ਆਇਆ ਅੱਜ ਮਨਕੂ ਸਾਹਿਬ, ਤੇ ਇਸ ਕਰਕੇ ਬਾਕੀ ਵੀਰ ਜਾਨ ਰਿਲੀਜ਼ ਸੌਂਗ ਵੀ ਨੇ, ਉਹ ਵੀ ਸੁਣਦੇ ਰਹੇ ਨੇ, ਬਹੁਤ ਵਧੀਆ ਗਾਉਣ, ਬਹੁਤ ਨਾਲ ਕੰਮ ਕਰਦੇ ਵੀਰ ਜੀ। ਕਿਆ ਬਾਤ ਹੈ ਜੀ, ਬਿਲਕੁਲ ਜੀ, ਤੇ ਮਨਕੂ ਸਾਹਿਬ ਸਾਡੇ ਨਾਲ ਵੀਰ ਜੁੜੇ ਨੇ ਆਸਟ੍ਰੇਲੀਆ ਵਾਲੇ, ਤੇ ਬੜਾ ਤੁਹਾਡੇ ਸੌਂਗ ਸੁਣਦੇ ਨੇ ਤੇ ਬੜੇ ਪਸੰਦ ਨੇ ਸੌਂਗ, ਤੇ ਅੱਜ ਇਹ ਲਾਈਵ ਵੀ ਸੁਣਨਗੇ ਸੌਂਗ ਲੱਗਦਾ, ਕਿਉਂ ਵੀਰ ਜੀ? ਮੇਰੇ ਵੱਡੇ ਵੀਰ ਨੇ ਜੀ, ਅਮਿਤ ਵੀਰ ਨੇ ਜੀ, ਖੰਨੇ ਤੋਂ ਹੀ ਨੇ ਐਕਚੁਅਲੀ ਜੀ। ਮੈਂ ਵੀਰ ਨੂੰ ਕਹਿੰਦਾ ਜਾਣ ਵਾਲਾ ਸੌਂਗ ਸੁਣਾ ਦਿਓ ਹੁਣ ਜੀ। ਆਏ ਹਾਏ ਹਾਏ ਆਏ ਹਾਏ, ਜਰੂਰ ਜੀ ਜਰੂਰ, ਕੌਣ ਸੁਣਾਉਣਗੇ, ਜਰੂਰ ਸੁਣਾਉਣਗੇ, ਜਰੂਰ ਵੀਰ ਜੀ ਸੁਣਾ ਦਿਓ ਅੱਜ ਨਾਲੇ ਜੀ। ਬਿਲਕੁਲ ਗੰਗਾ ਦਾ ਪਾਣੀ ਹੈ ਜੋ, ਪਰੀਆਂ ਦੀ ਰਾਣੀ ਹੈ ਜੋ, ਗੰਗਾ ਦਾ ਪਾਣੀ ਹੈ ਜੋ, ਮੁੱਲ ਹੀ ਨਾ ਕੋਈ ਉਹਦੀ ਇੱਕ ਮੁਸਕਾਨ ਦਾ, ਕਿੰਨਾ ਸੋਹਣਾ ਮੁੱਖੜਾ ਏ ਸੱਚੀ ਮੇਰੀ ਜਾਨ ਦਾ, ਕਿੰਨਾ ਸੋਹਣਾ ਮੁੱਖੜਾ ਏ ਸੱਚੀ ਮੇਰੀ ਜਾਨ ਦਾ। ਠੀਕ ਹੈ ਜੀ, ਕਿੰਨਾ ਸੋਹਣਾ ਮੁਖੜਾ ਹੈ, ਆਏ ਹਾਏ ਮੇਰੀ ਜਾਨ ਦਾ, ਵਾਕਿਆ ਜੀ ਇਹ ਤਾਂ ਹੁਣ ਵੀਰ ਜੀ ਮਨਪ ਸਾਹਿਬ ਤੁਸੀਂ ਦੱਸ ਸਕਦੇ ਆ, ਜਾਨ ਬਾਰੇ ਪੁੱਛੋ ਜੀ ਕੌਣ ਜੀ, ਇੱਥੇ ਰੱਖ ਤੇ ਦੇਖੋ ਬਈ, ਰਾਜ ਨੀ ਖੋਲੀ ਦੇ ਹੁੰਦੇ ਇਹ ਆਰਟਿਸਟ ਬੰਦੇ ਹੁੰਦੇ ਆ, ਇਹ ਕਿਸੇ ਚੀਜ਼ ਨੂੰ ਵੀ ਫੀਲ ਕਰਕੇ ਲਿਖ ਦਿੰਦੇ ਆ, ਇੰਨੀ ਸੀਰੀਅਸ ਨੀ ਲੈਂਦੀ ਇਹਨਾਂ ਦੀ ਗੱਲ। ਅਸੀਂ ਇਹੀ ਪੁੱਛਣਾ ਵੀ ਚਾਹਾਂਗੇ ਮਨਪੂ ਸਾਹਿਬ ਕਿ ਇਹ ਸੌਂਗ ਕਿਸ ਨੇ ਲਿਖਿਆ ਔਰ ਕਿਸ ਤਰੀਕੇ ਦਾ ਸੌਂਗ, ਮਤਲਬ ਇਹਦੇ ਬਾਰੇ ਤੁਸੀਂ ਵਿਚਾਰਨਾ ਪਾਓ, ਸੌਂਗ ਕਿਹਨਾਂ ਨੇ ਲਿਖਿਆ ਇਹ ਸੌਂਗ? ਹਾਂਜੀ ਹਾਂਜੀ, ਮੇਰੇ ਫਰੈਂਡ ਨੇ ਜੀ, ਗੈਰੀ ਮੰਡੀ ਦੀਪ ਨੇ ਜੀ, ਉਹਨਾਂ ਦਾ ਗੀਤ ਲਿਖਿਆ ਇਹ ਜੀ, ਤੇ ਮੇਰਾ ਲਾਸਟ ਈਅਰ ਇਹ ਗੀਤ ਰਿਲੀਜ਼ ਹੋਇਆ ਸੀਗਾ ਜੀ, ਦ ਰਿੰਗ ਆਫ ਲਵ ਆਲਬਮ ਦੇ ਵਿੱਚ ਜੀ। ਹਾਂਜੀ ਹਾਂਜੀ, ਤੇ ਮੈਨੂੰ ਇਸ ਲਈ ਮੈਂ ਇਹ ਤੀਸਰੀ ਲਈ ਕਰਿਆ ਸੀਗਾ ਜੀ ਸੌਂਗ ਇਹ। ਕਿਆ ਬਾਤ ਹੈ ਜੀ, ਕਿੰਨਾ ਸੋਹਣਾ ਮੁਖੜਾ, ਆਏ ਹਾਏ ਹਾਏ, ਕਿਆ ਬਾਤ ਹੈ ਜੀ। ਬਿਲਕੁਲ ਜੀ, ਤੁਸੀਂ ਜਾ ਰਿਹਾ ਹੋ ਦੇਖੀ ਖੰਨੇ ਵਾਲਿਓ, ਭੇਤ ਨਾ ਖੋਲ ਦਿਓ ਕੋਈ, ਤੇ ਇੱਧਰ ਸ਼ਕਤੀ ਸਿੰਘ ਵੀ ਆ ਗਿਆ, ਤੇ ਹੁਣ ਇਹਦਾ ਕੀ ਕਰੀਏ, ਸ਼ਕਤੀ ਸਿੰਘ ਨੂੰ ਕਹਿੰਦੇ ਯਾਰ ਵਾਪਸ ਆ ਜਾਈ ਮੁੜ ਕੇ,
ਤੇ ਕੋਰਸ ਬਹੁਤ ਕਰ ਰਹੇ ਨੇ, ਹਾਂ ਤੇ ਕੋਰਸ ਬਹੁਤ ਕਰ ਰਹੇ ਨੇ, ਤੇ ਮੈਂ ਕੋਰਸ ਜਿਹੜੀ ਲਾਇਨ ਐਕੀ ਖੋਲੀ ਆ, ਤਾਂ ਵੈਲੀ ਵੈਲੀ ਕੋਲ ਅਪ ਲੈਣ ਦੀ ਕੋਸ਼ਿਸ਼ ਕਰਾਂਗੇ ਬਿਲਕੁਲ। ਤੇ ਇਹਦੇ ਨਾਲ ਆਪਾਂ ਗੱਲਾਂ ਵੀ ਕਰਾਂਗੇ, ਚਲੋ ਵੀਰ ਤੁਹਾਡੇ ਅਜੀਜ਼ ਮਿੱਤਰ ਨੇ ਖੰਨੇ ਵਾਲੇ ਨੇ, ਇਹਨਾਂ ਨੂੰ ਵੀ ਨਾਲ ਮੈਂਟ ਰੱਖਦੇ ਆ, ਸਾਡੇ ਨਾਲ ਬੈਠਦੇ ਆ ਸਟੂਡੀਓ ਦੇ ਵਿੱਚ। ਤੇ ਮਨਕੂ ਸਾਹਿਬ ਪੁੱਛਣਾ ਚਾਹੁੰਗਾ ਕਿ ਤੁਹਾਡੇ ਕੋਲ ਇੱਕ, ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਸੀ ਕਿ ਸ਼ੌਂਕ ਤੁਹਾਨੂੰ ਗਾਉਣ ਦਾ ਇੱਕ ਸਕੂਲ ਤੋਂ ਹੀ ਪੈ ਗਿਆ, ਇਹਦੇ ਨਾਲ ਨਾਲ ਸਕੂਲ ਦੇ ਵਿੱਚ ਪੜ੍ਹਾਈ ਦੇ ਵਿੱਚ ਕਿੰਨਾ ਕੁ ਹੱਥ ਵਧੀਆ ਸੀ ਸਾਡੇ ਵੀਰ ਹਾਰਟ ਮਨਕੂ ਦਾ, ਔਰ ਉਹਦੇ ਬਾਰੇ ਥੋੜਾ ਚਾਨਣਾ ਪਾਓ ਵੀ, ਜਾਂ ਸਕੂਲ ਦੇ ਵਿੱਚ ਕਦੇ ਬਾਲ ਸਭਾ ਲੱਗਦੀ ਹੁੰਦੀ ਸੀ ਸੈਟਰਡੇ, ਵੀ ਨਹੀਂ ਸਕੂਲ ਦਾ ਕੰਮ ਕੀਤਾ ਤੇ ਹਾਰਟ ਮਨਕੂ ਸਾਹਿਬ ਨੂੰ ਕਹਿਣਾ ਹੋ ਜਾ ਖੜਾ ਹੋਈ, ਚਲ ਚੱਲ ਸੁਣਾ ਫਿਰ ਗਾਣਾ ਕੁਝ, ਨਹੀਂ ਸਕੂਲ ਦਾ ਕੰਮ ਕੀਤਾ ਤੂੰ ਜੀ? ਨਹੀਂ ਨਹੀਂ ਏਦਾਂ ਦਾ ਕੋਈ ਫੰਡਾ ਨਹੀਂ ਸੀਗਾ ਜੀ, ਤੇ ਲਾਈਕ ਬਸ ਆਪਣਾ ਪੜ੍ਹਾਈ ਵਿੱਚ ਵੀ ਮੈਂ ਠੀਕ ਸੀਗਾ, ਵਧੀਆ ਸੀਗਾ ਜੀ, ਤੇ ਆਪਣਾ ਬਸ ਗਾਣਾ ਸੁਣਦੇ ਜਦੋਂ ਫ੍ਰੀ ਪੀਰੀਅਡ ਵਗੈਰਾ ਹੁੰਦਾ ਸੀ, ਫਿਰ ਮੈਨੂੰ ਖੜਾ ਕਰ ਲੈਂਦੇ ਵੀ ਚੱਲ ਗਾਣਾ ਸੁਣਾ ਜੀ, ਮੈਂ ਮਾਨਕ ਸਾਹਿਬ ਨੂੰ ਬਹੁਤ ਸੁਣਦਾ ਰਿਹਾ ਜੀ, ਲਾਈਕ ਹਜੇ ਵੀ ਸੁਣ, ਹਾਂਜੀ ਹਾਂਜੀ, ਤੇ ਮੈਂ ਉਹਨਾਂ ਨੂੰ ਸੁਣ ਸੁਣ ਕੇ ਸਿੱਖਿਆ, ਸਮਝੋ ਮੈਂ ਉਹਨਾਂ ਨੂੰ ਆਪਣਾ ਗੁਰੂ ਮੰਨਦਾ ਜੀ। ਤੇ ਮੈਡਮਾਂ ਨੂੰ ਪਤਾ ਲੱਗ ਗਿਆ ਸੀ ਕਿ ਇਹ ਮਨਕੂ ਸਾਹਿਬ ਗਾ ਲੈਂਦੇ ਆ, ਤੇ ਇਹਨਾਂ ਕੋਲ ਕਦੇ ਕਦੇ ਗਾਣਾ ਸੁਣੋ? ਹਾਂਜੀ ਹਾਂਜੀ ਹਾਂਜੀ, ਮੈਡਮ ਨਾਲ ਬਹੁਤ ਸੈਟਰਡੇ ਸੁਣਦੀਆਂ ਆਉਂਦੀਆਂ, ਮੈਨੂੰ ਤਾਂ ਪੱਕਾ ਲੱਗਦਾ ਹੀ ਆ ਵੀ ਤੈਨੂੰ ਤਾਂ ਜ਼ਰੂਰ ਖੜਾ ਕਰਦੇ ਹੋਣੇ ਵੀ ਚੱਲ ਹੋ ਜਾ ਚਾਲੂ ਅੱਜ ਫਿਰ। ਹਾਂਜੀ ਉਹੀ ਤੁਹਾਨੂੰ ਦੱਸ ਦਾਂਗੇ, ਜਦੋਂ ਵੀ ਫ੍ਰੀ ਮਾੜਾ ਮੋਟਾ ਹੁੰਦਾ ਸੀਗਾ ਜੀ ਆਪਣਾ ਪੀਰੀਅਡ ਦੇ ਵਿੱਚ ਟਾਈਮ, ਉਹਨਾਂ ਨੇ ਮੈਨੂੰ ਬੁਲਾ ਲੈਣਾ, ਚਲੋ ਸੁਣਾ ਦੋਸਤੇ ਰੌਲ ਪਾਉਣ ਲੈਂਦੇ ਸੀ ਗਾਣਾ ਸੁਣੋ ਗਾਣਾ ਸੁਣ। ਹਾਏ ਹਾਏ ਕਿਆ ਬਾਤ ਹੈ ਜੀ, ਤੇ ਅੱਜ ਵੀ ਉਹ ਦੋਸਤ ਤੁਹਾਡੇ ਕੰਨਾਂ ਵਿੱਚ ਉਹਨਾਂ ਦੇ ਬੋਲ ਬੋਲਦੇ ਨੇ ਜਿਹੜੇ ਤੁਹਾਨੂੰ ਕਹਿੰਦੇ ਸੀ ਗਾਣਾ ਸੁਣਨਾ ਹੈ ਸੁਣਾ, ਤੇ ਅਸੀਂ ਵੀ ਸੋਚਾਂਗੇ ਕਿਹੜਾ ਗਾਣਾ ਤੁਸੀਂ ਉਸ ਟਾਈਮ ਉੱਤੇ ਸੁਣਾਉਂਦੇ, ਅਸੀਂ ਵੀ ਉਹ ਦੋ ਬੋਲ ਸੁਣੀਏ ਕਿ ਸਾਡੇ ਚਾਹੁਣ ਵਾਲਿਆਂ ਨੂੰ ਪਤਾ ਲੱਗੇ ਕਿ ਹਾਰਟ ਮਨਕੂ ਸਾਹਿਬ ਕਿਹੜਾ ਸੌਂਗ ਗਾਉਂਦੇ ਸੀਗੇ ਟੀਚਰਾਂ ਲਈ, ਔਰ ਜਾਂ ਸਕੂਲ ਦੇ ਬੱਚਿਆਂ ਲਈ, ਦੋਸਤਾਂ ਮਿੱਤਰਾਂ ਲਈ, ਔਰ ਉਹਨਾਂ ਦੀ ਪਸੰਦ ਦਾ? ਹਾਂਜੀ ਮੈਂ ਉਦੋਂ ਐਕਚੁਅਲੀ ਮੈਂ ਦੇਸੀ ਸਾਹਿਬ ਦਾ ਗੀਤ ਗਾਉਂਦਾ ਸੀਗਾ ਜੀ। ਜੀ ਠੀਕ ਹੈ ਜੀ। ਆਪਣਾ ਸੁੱਕ ਕੇ ਤਰੀ ਤੇ ਅਸੀਂ ਹੋਏ ਰਹਿਰਨੇ, ਸੱਚ ਜਾਣੀਆਂ ਤੇ ਤੇਰੀ ਲਾਈ ਹੋਈ ਆ, ਝੁੱਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ, ਜਿੰਦ ਸਾਡੀ ਮੁੱਕਣ ਤੇ ਆਈ ਹੋਈ ਆ, ਝੁੱਠੀਏ ਨੀ ਲਾਰੇ ਤੇਰੇ ਨਹੀਂ ਮੁੱਕਣੇ, ਜਿੰਦ ਸਾਡੀ ਮੁੱਕਣ ਤੇ ਆਈ ਹੋਈ ਆ। ਦੇਸੀ ਸਾਹਿਬ ਦਾ ਗੀਤ ਬਹੁਤ ਗਾਉਂਦਾ ਸੀਗਾ ਜੀ। ਹਾਏ ਹਾਏ ਹਾਏ, ਝੂਠੀ ਨੀ ਲਾਰੇ ਤੇਰੇ ਨਹੀਂ ਨੇ ਮੁੱਕਣੇ, ਇਹ ਤਾਂ ਖੰਨੇ ਵਾਲੇ ਨੂੰ ਪੁੱਛਣਾ ਜਾਊਗਾ ਵੀ ਹਿਸਾਬ ਕਿਤਾਬ ਕੀ ਆ। ਤੇ ਹਾਂਜੀ ਲਿਖਦਾ ਵੀ ਬਹੁਤ ਸੋਹਣਾ ਜੀ, ਜੱਸੀ ਗਿੱਲ ਆਪਣਾ ਬਾਈ ਉਹਨਾਂ ਦੀ ਕੈਸਟ, ਜਿਹਨਾਂ ਨੇ ਗਾਣਾ ਵੀ ਲਿਖਿਆ ਜੀ। ਕਿਆ ਬਾਤ ਹੈ ਜੀ, ਤੇ ਇਹਦੇ ਨਾਲ ਗਾਉਣ ਦੇ ਨਾਲ ਨਾਲ ਸਾਡਾ ਵੀਰ ਬੜੇ ਸ਼ੌਂਕ ਰੱਖਦਾ ਵੀ ਜਿਹੜੇ ਕੰਮ ਨੂੰ ਵੀ ਹੱਥ ਪਾ ਲਿਆ ਬਸ ਉਧਰ ਨੂੰ ਪੂਰਾ ਹੀ ਕਰਕੇ ਦਿਖਾਇਆ ਵੀ ਜਿੱਧਰ ਨੂੰ ਸ਼ੁਰੂ ਹੋ ਗਿਆ, ਤੇ ਗਾਇਕੀ ਵੱਲ ਨੂੰ, ਰੈਪਿੰਗ ਵੱਲ ਨੂੰ, ਜਿੱਧਰ ਜਿਹੜੇ ਦੋਸਤਾਂ ਮਿੱਤਰਾਂ ਦਾ ਪਿਆਰ ਮਿਲਿਆ ਤੇ ਅੱਗੇ ਨੂੰ ਵਧਦੇ ਤੁਰੇ ਆ। ਇਨਸਾਨ ਬਹੁਤ ਚੰਗੇ ਨੇ ਜੀ, ਬਹੁਤ ਵਧੀਆ ਸਾਡੀ ਦੋਸਤੀ ਹੈ, ਸਭ ਤੋਂ ਪਹਿਲਾਂ ਇਹ ਗਾਇਕ ਵਗੈਰਾ ਹੋਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਨਸਾਨ ਵਧੀਆ ਹੋਣਾ ਚਾਹੀਦਾ, ਤੇ ਉਹ ਇਹਨਾਂ ਸਾਰੇ ਗੁਣ ਨੇ ਜੀ। ਕਿਆ ਬਾਤ ਹੈ ਜੀ, ਬਹੁਤ ਵਧੀਆ ਗੱਲ ਜੀ, ਬਹੁਤ ਬਹੁਤ ਪ੍ਰਾਊਡ ਕਰਦੇ ਹਾਂ ਅਸੀਂ ਵੀ ਵੀਰਾਂ ਦੇ ਉੱਤੇ ਕਿ ਇੱਕ ਇਨਸਾਨ ਚੰਗੇ ਹੋਣਾ ਬਹੁਤ ਜ਼ਰੂਰੀ ਆ, ਔਰ ਬਹੁਤ ਬਹੁਤ ਤਾਰੀਫ ਤਾਂ ਬਾਹਰੋਂ ਪਤਾ ਲੱਗਦੀ ਹੈ ਜਦੋਂ, ਉਦੋਂ ਪਤਾ ਲੱਗਦਾ ਕਿ ਤੁਹਾਡੇ 'ਚ ਕੋਈ ਈਗੋ ਨਹੀਂ ਹੈਗੀ, ਔਰ ਤੁਸੀਂ ਬਹੁਤ ਵੈਰੀ ਫਰੈਂਡਲੀ ਕੰਮ ਕਰਦੇ ਹੋ, ਔਰ ਜਿਹੜੀ ਇਹ ਲਾਈਨ ਆ ਔਰ ਕਿਸੇ ਦੇ ਵੀ ਚਿਹਰੇ 'ਤੇ ਸਮਾਈਲ ਲਿਆ ਦੇਣੀ ਔਰ ਗਾ ਕੇ ਆਪਣੇ ਅੰਦਰੋਂ ਸੈਡ ਹੋ ਕੇ ਵੀ, ਔਰ ਬਹੁਤ ਵੱਡੀ ਗੱਲ ਆ ਇਹ, ਔਰ ਜਿਹੜਾ ਇਹ ਗਰਾਹੀ ਦਾ ਸਮੁੰਦਰ ਹੈ, ਇੱਕ ਤੁਹਾਡੇ ਸੰਗੀਤ ਦਾ ਸਮੁੰਦਰ ਹੈ, ਇਹਦਾ ਇਹ ਸਾਗਰ ਦੇ ਬਹੁਤ ਹੀ ਵੱਡਾ ਹੈ, ਤਾਂ ਜਿਸ ਦੀ ਡੰਗਾਈ ਆਕਾਰ ਕੋਈ ਨੀਗਾ। ਤੇ ਮਨਕੂ ਸਾਹਿਬ ਪਹਿਲਾ ਟਾਈਮ ਕਿਹੜਾ ਜਿਸ ਵਿੱਚ ਤੁਸੀਂ ਸੋਚਿਆ ਕਿ ਹੁਣ ਮੈਂ ਥੋੜਾ ਜਿਹਾ ਪ੍ਰਿਪੇਅਰ ਹੁੰਦਾ ਜਾਂਦਾ ਆ, ਮੈਨੂੰ ਕੁਛ ਗਾਉਣਾ ਚਾਹੀਦਾ ਜਾਂ ਮੈਨੂੰ ਕੁਛ ਲਿਖਣਾ ਚਾਹੀਦਾ, ਉਹ ਕਿਹੜਾ ਟਾਈਮ ਸੀ? ਬਸ ਇਹ ਸਕੂਲ ਟਾਈਮ ਲਾਈਕ ਮੈਂ 10th ਪਲੱਸ 2 ਵਗੈਰਾ ਕਰਕੇ ਜਦੋਂ ਮੈਂ ਕਾਲਜ ਚਲੇ ਗਿਆ ਸੀਗਾ ਜੀ, ਉਦੋਂ ਕੁਛ ਲਿਖਣ ਵਗੈਰਾ ਲੱਗ ਗਿਆ ਸੀਗਾ ਜੀ, ਮੈਂ ਜਦੋਂ ਫ੍ਰੀ ਹੋਣਾ ਮੈਂ ਇਕੱਲੇ ਨਹੀਂ ਬੈਠ ਜਾਣਾ ਜੀ,
ਤੇ ਲਿਖੀ ਜਾਣਾ ਕੁਛ ਪਹਿਲਾਂ ਮੈਂ ਪੋਇਟਰੀ ਲਿਖਦਾ ਹੁੰਦਾ ਸੀਗਾ ਜੀ ਸਿੱਧੀ ਜੀ, ਤੇ ਫਿਰ ਹੌਲੀ ਹੌਲੀ ਚਲੋ ਆਪਣੇ ਕੁਦਰਤੀ ਚਲੋ ਕੰਪੋਜੀਸ਼ਨ ਬਣ ਜਾਣੀ ਚਾਹੀਦੀ। ਫਿਰ ਉਸ ਤੋਂ ਬਾਅਦ ਕਿੱਦਾਂ ਲਾਈਕ ਸਾਡੇ ਮੇਰੇ ਅੰਕਲ ਜੀ ਨੇ, ਮੇਰੇ ਪਿਤਾ ਜੀ ਦੇ ਫਰੈਂਡ ਨੇ ਜੀ ਮਾਲਵਿੰਦਰ ਰੁਖਸੀ, ਉਹ ਵੀ ਬਹੁਤ ਚੰਗੇ ਰਾਈਟਰ ਨੇ ਜੀ, ਉਹਨਾਂ ਨਾਲ ਸਾਡਾ ਮੇਲ ਹੋਇਆ ਜੀ ਖੰਨੇ, ਉਹਨਾਂ ਨੇ ਆਪਣਾ ਸ਼ਿਫਟ ਕਰੇ ਤੇ ਉਹਨਾਂ ਨਾਲ ਸਾਡਾ ਮੇਲ ਹੋਇਆ ਤੇ ਉਹਨਾਂ ਨੇ ਸਾਨੂੰ ਜੀ ਗੁਰੀ ਭਾਜੀ ਨੇ ਸਾਡੇ ਜਿਹੜੇ ਮਿਊਜ਼ਿਕ ਕਰਦੇ ਮੇਰਾ ਸਾਰਾ ਜੀ, ਹਾਂਜੀ ਹਾਂਜੀ, ਤੇ ਉਦੋਂ ਡੈਡ ਨੇ ਲਿਖਿਆ ਸੀਗਾ ਜੀ 1984 ਤੇ ਲਿਖਿਆ ਸੀਗਾ ਜੀ, ਘੱਟੋ ਘੱਟ 5 ਸਾਲ ਪਹਿਲਾਂ ਜੀ ਜੀ, ਤੇ ਉਹ ਤੋਂ ਫਿਰ ਹਾਂਜੀ ਮੇਰੇ ਅੰਕਲ ਜੀ ਮੈਨੂੰ ਸੁਣਦੇ ਰਹਿੰਦੇ ਸੀਗੇ ਤੇ ਉਹਨਾਂ ਨੇ ਸੁਜੈਸਟ ਕੀਤਾ ਡੈਡ ਨੂੰ ਵੀ ਤੂੰ ਇਹ ਤੋਂ ਦਵਾ ਗੀਤ ਵੀ ਮੈਂ ਸੁਣਿਆ ਇਹਨੂੰ ਚੰਗਾ ਗਾਊਗਾ ਹਨਾ ਵਗੈਰਾ, ਤੇ ਫਿਰ ਗੁਰੀ ਭਾਜੀ ਨਾਲ ਮਿਲੇ ਤੇ ਫਿਰ ਮੈਂ ਆਪਣਾ ਚਲੋ ਇੱਕ ਤਰ੍ਹਾਂ ਦਾ ਸਮਝ ਲਓ ਮੈਂ ਉਹਦਾ ਨਾਲ ਹਜੇ ਤੱਕ ਹੁਣ ਤੱਕ ਮੈਂ ਉਹਨਾਂ ਦੇ ਨਾਲ ਆ ਤੇ ਹਮੇਸ਼ਾ ਰਹਾਂਗੇ ਤੇ ਬਸ ਉਹਨਾਂ ਦਾ ਤੋਂ ਮੈਂ ਐਕਚੁਲੀ ਗੁਣ ਲਏ ਨੇ ਸਮਝ ਲਓ ਮੈਨੂੰ ਕਰਨਾ ਚਾਹੀਦਾ। ਔਰ ਜਿਹੜੇ ਡੈਡ ਨੇ ਸੌਂਗ ਲਿਖਿਆ ਹੋਇਆ ਸੀ ਤੁਸੀਂ ਉਹਦੇ ਬੋਲ ਆਪ ਵੀ ਗੁਣਗੁਣਾਉਂਦੇ ਹੁੰਦੇ ਸੀ ਕਿ ਮੈਨੂੰ ਗੁਣਗੁਣਾਉਣੇ ਚਾਹੀਦੇ ਬੋਲ, ਤੁਹਾਨੂੰ ਪਸੰਦ ਸੀ ਸੌਂਗ ਤੇ ਉਹ ਤੋਂ ਵੀ ਕੁਛ ਨਾ ਕੁਛ ਸਿੱਖਣ ਨੂੰ ਤੁਹਾਨੂੰ ਮਿਲਦਾ ਰਿਹਾ। ਤਾਂ ਸਾਡੇ ਨਾ ਪੱਖਾ ਦਾਤੀਆਂ ਵਾਲਾ ਚਲਾ ਰਹੇ ਨੇ ਸ਼ਕਤੀ ਸਿੰਘ ਆ ਚੁੱਕੇ ਨੇ। ਸ਼ਕਤੀ ਸਿੰਘ ਵੀਰ ਜੀ ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਹਾਂਜੀ ਹੈਲੋ ਵੀਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਆ ਜੀ? ਬਹੁਤ ਵਧੀਆ ਹਾਲ ਚਾਲ ਵੀਰ ਜੀ, ਕਿੱਥੋਂ ਬੋਲ ਰਹੇ ਹੋ ਸ਼ਕਤੀ ਸਿੰਘ ਵੀਰ ਜੀ? ਅਸੀਂ ਖੰਨਰ ਹੀ ਬੋਲਦੇ ਹਾਂ, ਹਾੜਮਨਪੂਰ ਦੇ ਸ਼ਹਿਰ ਤੋਂ ਬੋਲਦੇ ਹਾਂ। ਕੀ ਬਾਤ ਹੈ ਜੀ, ਬਹੁਤ ਬਹੁਤ ਜੀ ਆਇਆਂ ਕਰਦੇ ਹਾਂ, ਵੈਲਕਮ ਕਰਦੇ ਹਾਂ ਰੇਡੀਓ ਵਿਰਸੇ ਪਰਿਵਾਰ ਵਿੱਚ ਤੁਹਾਡਾ ਜੀ। ਥੈਂਕ ਯੂ ਜੀ, ਤੇ ਹਾੜਮਨਪੂਰ ਜੀ ਨਾਲ ਇੰਟਰਵਿਊ ਜਿਹੜੀ ਸੁਣ ਰਹੇ ਜੀ, ਬਹੁਤ ਇੰਜੋਏ ਕਰ ਰਹੇ ਹਾਂ। ਬਹੁਤ ਬਹੁਤ ਸ਼ੁਕਰੀਆ ਵੀਰ ਜੀ, ਥੈਂਕ ਯੂ, ਧੰਨਵਾਦ। ਹਾਰਡ ਮਨ ਕੋਈ ਵਧੀਆ ਮਤਲਬ ਵਧੀਆ ਸਾਡੇ ਫਰੈਂਡ ਨੇ ਇਹ ਜੀ, ਤੇ ਹਾਰਡ ਮਨ ਕੋਈ ਨੂੰ ਇੰਟਰਵਿਊ ਦੀਆਂ ਲੱਖ ਲੱਖ ਵਧਾਈਆਂ। ਤੇ ਹਾਰਡ ਮਨ ਕੋਈ ਹੈਲੋ, ਬਿਲਕੁਲ ਜੀ ਮੇਰੇ ਵੀਰੇ, ਬਹੁਤ ਬਹੁਤ ਵਧਾਈਆਂ। ਬਿਲਕੁਲ ਜੀ, ਮਨ ਕੋਈ ਸਾਹਿਬ ਸਾਡੇ ਨਾਲ ਹੀ ਨੇ ਤੇ ਸਿਰਫ ਸਟੂਡੀਓ ਵਿੱਚ ਬੈਠੇ ਨੇ ਤੇ ਤੁਸੀਂ ਵੀ ਇਹਨਾਂ ਦੇ ਗਾਣੇ ਸੁਣਦੇ ਆ, ਤੇ ਕਿਹੜਾ ਗਾਣਾ ਤੁਹਾਨੂੰ ਬਹੁਤ ਵਧੀਆ ਲੱਗਦਾ ਸ਼ਕਤੀ ਵੀਰ ਜੀ? ਜੀ ਮੈਨੂੰ ਆਪਣੇ ਹਾਰਡ ਵੀਰ ਜੀ ਆਪਣੇ ਕੁਲਦੀਪ ਮਾਨਕ ਸਾਹਿਬ ਦੇ ਬਹੁਤ ਵੱਡੇ ਫੈਨ ਨੇ, ਉਹਨਾਂ ਨੂੰ ਆਪਣਾ ਉਸਤਾਦ ਮੰਨਦੇ ਨੇ। ਵਾਹ ਜੀ ਵਾਹ, ਕੀ ਬਾਤ ਹੈ ਜੀ। ਮੈਂ ਇਹ ਕਹਿਣਾ ਚਾਹੂੰਗਾ ਵੀ ਹਾਰਡ ਵੀਰ ਆਪਣੇ ਆਪਣੇ ਰੇਡੀਓ ਵਿੱਚ ਕੁਲਦੀਪ ਮਾਨਕ ਸਾਹਿਬ ਦਾ ਕੋਈ ਵੀ ਗਾਣਾ ਜਿਹੜਾ ਸ਼ੁਰੂ ਤੋਂ ਗਾਉਂਦੇ ਰਹੇ ਨੇ, ਸਕੂਲ ਟਾਈਮ ਕਾਲਜ ਟਾਈਮ ਮਤਲਬ ਉਹ ਇੱਥੇ ਗਾ ਕੇ ਸੁਣਾ ਦੇਣ। ਆਏ ਹਾਏ ਹਾਏ, ਕੀ ਬਾਤ ਹੈ ਜੀ ਵੀਰ ਜੀ, ਬਹੁਤ ਬਹੁਤ ਵਧੀਆ ਗੱਲ ਕੀਤੀ ਤੁਸੀਂ, ਬਹੁਤ ਵਧੀਆ। ਤੇ ਤੁਹਾਡੇ ਲਈ ਸੌਂਗ ਜ਼ਰੂਰ ਸੁਣਗੇ ਕੁਲਦੀਪ ਮਾਨਕ ਦਾ, ਪਰ ਤੁਹਾਡਾ ਨਾਂ ਜਿਹੜਾ ਸ਼ਕਤੀ ਆ ਨਾ, ਇਹ ਡਰਾਉਣ ਵਾਲਾ ਨਾਂ ਆ ਤੇ ਇਹ ਡਰ ਜਾਣਾ ਸੁਣਾ, ਇਹ ਡਰ ਜਾਣਾ ਸੁਣਾ ਦੇਣਾ। ਅਨੇ ਮੁੰਡਾ ਤਾਂ ਬੀਬਾ ਲੱਗਦਾ, ਪਰ ਨਾ ਹੀ ਆ, ਮੈਂ ਤਾਂ ਨਾਂ ਪਹਿਲਾਂ ਨਾ ਲਿਆ, ਨਾਂ ਡਰਾਉਣ ਵਾਲਾ ਤੇ ਬਾਕੀ ਤਾਂ ਸਭ ਠੀਕ ਆ। ਆਸਟ੍ਰੇਲੀਆ ਵਾਲੇ ਤਾਂ ਭੱਜਣ ਨੂੰ ਤਿਆਰ ਹੀ ਖੜੇ, ਵੀ ਭੱਜ ਜਾਣਾ ਜਦੋਂ ਮਾੜੀ ਹੈਵੀ ਨਵੀ ਹੋਈ, ਠੀਕ ਨੀ? ਤੇ ਜ਼ਰੂਰ ਤੇ ਬਿਲਕੁਲ ਜੀ, ਮਨਕੂ ਸਾਹਿਬ ਹਾਰਟ ਮਨਕੂ ਸਾਹਿਬ ਪਲੀਜ਼ ਵੀਰ ਜੀ, ਉਹਨਾਂ ਦਾ ਆਪਾਂ ਮਾਣ ਰੱਖਦੇ ਹਾਂ ਤੇ ਫਿਰ ਆਪਾਂ ਗੱਲਬਾਤ ਅੱਗੇ ਤੋਰਦੇ ਹਾਂ। ਹਾਂਜੀ ਜੀ ਦੱਸੋ ਜੀ, ਹਾਂਜੀ ਹੁਕਮ ਕਰੋ ਸ਼ਕਤੀ ਜੀ, ਆਪ ਹੀ ਦੱਸ ਦੋ ਤੁਸੀਂ ਕਿਹੜਾ ਗਾਣਾ ਸੁਣਾਈਏ। ਜਿਹੜਾ ਮਰਜ਼ੀ ਵੀਰੇ, ਕੁਲਦੀਪ ਮਾਨਕ ਸਾਹਿਬ ਦੀ ਜਿਹੜੀ ਮਰਜ਼ੀ ਭਰੀਆਂ ਗਾ ਦੇ। ਹਾਏ ਹਾਏ ਹਾਏ, ਚਲੋ ਠੀਕ, ਟੇਲਰ ਤੋਂ ਸੂਰਜ ਜੀ ਦੇ ਅਖੀਰ ਦੀ, ਚਲੋ ਠੀਕ ਆ ਭਾਜੀ ਆਹੀ ਜੀ। ਓ ਪੇਰੇ ਤਿੱਲੇ ਤੋਂ ਓ ਸੂਰਤ ਦੀ ਦੀਆ ਹੀਰ ਦੀ, ਆਰ ਇੱਕ ਗੋਰਖਾ ਉੱਡਦੀ ਹਾਸਲ ਕਾਰੀ,
ਫੁੱਲ ਪੱਤੀ ਪੀਆਂ ਉਹਦੀਆਂ ਗੱਲਾਂ ਗਾਲੇ ਗਾਲੇ ਨਾਲ ਸੋਹਣ ਸੁਧਾਰੀ ਮਿਰਗਾ ਥੋੜੀ ਉਧਾਰੀ ਬਹੁਤ ਹੀ ਵਧੀਆ ਜੀ, ਬਹੁਤ ਹੀ ਵਧੀਆ ਤੇ ਦਿਲ ਜਿੱਤ ਲੈਨੇ ਆ ਜੀ ਗਾ ਕੇ ਤੇ ਵਧੀਆ ਲੱਗਦਾ, ਸਾਰੇ ਵੀਰ ਸੁਣਦੇ ਵੀ ਆ ਤੇ ਆਉਂਦੇ ਵੀ ਆ ਨਾਲ ਤੇ ਬਹੁਤ 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 ਸ਼ੁਕਰੀਆ ਜੀ, ਬਹੁਤ ਬਹੁਤ ਸ਼ੁਕਰੀਆ ਤੇ ਸ਼ਕਤੀ ਵੀਰ ਜੀ ਹੋਰ ਕੀ ਕਹਿਣਾ ਚਾਹੋਗੇ ਆਪਣੇ ਵੀਰ ਜੀ ਨੂੰ? ਬਸ ਚਲ ਆਪਣੇ ਹਾਰਡ ਵੀਰ ਦੀ ਆਪਣੀ ਨਵੀਂ ਟੇਪ ਆਲਰੇਡੀ ਮਤਲਬ ਤਿਆਰ ਪਈ ਆ, ਦੋ ਤਿੰਨ ਮਹੀਨੇ ਤੱਕ ਰਿਲੀਜ਼ ਕੀਤੀ ਜਾਊਗੀ ਤੇ ਉਹਦੇ ਲਈ ਵੀਰ ਨੂੰ ਐਡਵਾਂਸ ਦੇ ਵਿੱਚ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ। ਬਿਲਕੁਲ ਜੀ, ਟੇਪ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ, ਆ ਰਹੀ ਆ ਟੇਪ ਜਲਦੀ ਹੀ ਤੇ ਨਾਲ ਦਾ ਮੈਸੇਜ ਆਇਆ ਜੀ ਸਾਡੇ ਕੋਲ ਹਰਲੀਨ ਕੌਰ ਜੀ ਇਟਲੀ ਵਾਲਾ ਦਾ ਮੈਸੇਜ ਆਇਆ। ਲਵ ਯੂ ਥੈਂਕ ਯੂ ਥੈਂਕ ਯੂ ਤੇ ਨਾਲ ਦੀ ਨਾਲ ਮੈਸੇਜ ਆਇਆ ਜੀ ਸਾਡੇ ਕੋਲ ਹਰਲੀਨ ਕੌਰ ਦਾ ਇਟਲੀ ਤੋਂ ਮੈਸੇਜ ਆਇਆ ਜੀ, ਕਹਿੰਦੇ ਜੀ ਵੈਰੀ ਨਾਈਸ ਕਰ ਰਹੇ ਹੋ ਗੱਲਬਾਤ ਜੀ, ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਹਿ ਦਿਓ ਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਤੇ ਹਾਰਟ ਆਪਣੇ ਵੀਰ ਜੀ ਨੂੰ ਕਹਿੰਦੇ ਸਤਿ ਸ਼੍ਰੀ ਅਕਾਲ ਕਹਿ ਦਿਓ ਜੀ, ਬਿਲਕੁਲ ਜੀ ਕਹੂੰਗਾ, ਜ਼ਰੂਰ ਕਹੂੰਗਾ, ਕਿਉਂ ਨਹੀਂ ਕਹੂੰਗਾ ਤੇ ਜੀ ਸੰਦੀਪ ਕੌਰ ਜੀ ਜਰਮਨੀ ਵਾਲੇ ਕਹਿੰਦੇ ਜੀ ਵੈਰੀ ਨਾਈਸ ਸਤਿ ਸ਼੍ਰੀ ਅਕਾਲ, ਬਿਲਕੁਲ ਸਤਿ ਸ਼੍ਰੀ ਅਕਾਲ ਤੇ ਜਸਵਿੰਦਰ ਵੀਰ ਕਹਿੰਦਾ ਜੀ ਆਪਣਾ ਇਟਲੀ ਤੋਂ ਕੀ ਹਾਲ ਚਾਲ ਹੈ ਵੀਰ ਜੀ ਤੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਹਿ ਦਿਓ ਵੀਰ ਜੀ ਨੂੰ, ਬਿਲਕੁਲ ਸਤਿ ਸ਼੍ਰੀ ਅਕਾਲ ਤੇ ਲੱਗਦਾ ਵੀਰ ਜੀ ਗੱਡੀ 'ਚ ਜਾ ਰਹੇ ਨੇ, ਮੈਂ ਮਾਫ਼ੀ ਚਾਹਾਂਗਾ ਸਾਰੇ ਵੀਰਾਂ ਕੋਲ, ਥੋੜ੍ਹੀ ਮੋਟੀ ਗੱਲਬਾਤ ਕਰ ਜੀ ਕੋਲ ਜਿਹੜੀ ਆ ਡਰੋਪ ਹੋ ਜਾਂਦੀ ਕਈ ਵਾਰੀ ਤੇ ਆਪਾਂ ਨਾਲ ਚੱਕ ਲੈਣਾ ਫਿਰ ਤੇ ਇੱਦਾਂ ਨਹੀਂ ਹੈ, ਹਾਰਟ ਮਾਨਕੂ ਸਭ ਨੂੰ ਅੱਜ ਇੱਦਾਂ ਨਹੀਂ ਜਾਣ ਦਿੰਦੇ ਹੈਗੇ ਤੇ ਗੱਡੀ ਨਵੀਂ ਲੈ ਕੇ ਆਏ ਤੇ ਗੱਡੀ 'ਚ ਘੁੰਮ ਰਹੇ ਨੇ ਤੇ ਕਿਉਂਕਿ ਅੱਜ ਗੱਡੀ ਆਈ ਆ ਕੱਲ੍ਹ ਨੂੰ ਐਲਬਮ ਪਾ ਜਾਣੀ ਹੈ ਤੇ ਫਿਰ ਥਾਂ ਥਾਂ ਜਾਣਾ ਤਾਂ ਪੈਣਾ ਹੀ ਆ, ਤੁਸੀਂ ਸੋਚ ਹੀ ਸਕਦੇ ਸਾਰੇ ਦੋਸਤੋ ਤਾਂ, ਪਰ ਜਾਣਗੇ ਕਿਤੇ ਨਹੀਂ, ਸਾਡੇ ਨਾਲ ਹੀ ਰਹਿਣਗੇ, ਆਸਟ੍ਰੇਲੀਆ ਵਾਲੇ ਨੇ ਪੱਕੇ ਲਾਏ ਆ ਤਾਲੇ ਤੇ, ਆਸਟ੍ਰੇਲੀਆ ਵਾਲੇ ਬੈਠੇ ਨੇ ਸਟੂਡੀਓ ਦੇ ਵਿੱਚ ਜੀ ਆ ਮਨਕੂ ਹਾਰਟ ਮਾਨਕੂ ਸਾਹਿਬ, ਮਾਫ਼ੀ ਚਾਹਾਂਗੇ ਵੀਰ ਜੀ ਤੇ ਅੱਜ ਗੱਡੀ ਦੇ ਵਿੱਚ ਗੱਡੀਆਂ ਦੱਬੀ ਫਿਰਦੇ ਹੋ ਨਵੀਂ ਗੱਡੀ ਲਿਆ ਕੇ ਤਾਂ ਤੇ ਬਿਲਕੁਲ ਜੀ, ਮੈਂ ਕਿਹਾ ਜੀ ਕੋਲ ਦਾ ਡਰੋਪ ਹੋ ਗਈ ਸੀ, ਮਾਫ਼ੀ ਚਾਹਾਂਗੇ ਤੇ ਇਹਦੇ ਨਾਲ ਪੁੱਛਾਂ ਕਿ ਜਿਸ ਤਰ੍ਹਾਂ ਕਿ ਹਾਰਟ ਮਾਨਕੂ ਸਾਹਿਬ ਕੀ ਇੱਕ ਜਿਹੜਾ ਸੰਗੀਤ ਦਾ ਸਾਗਰ ਆ, ਜਿਸ ਤਰ੍ਹਾਂ ਜੀ ਮੇਰੀ ਆਵਾਜ਼ ਕੱਟ ਰਹੀ ਆ ਤੇ ਇਹਦਾ ਮਤਲਬ ਤੁਹਾਡੇ ਕੋਲ ਨੈਟਵਰਕ ਦੀ ਪ੍ਰੋਬਲਮ ਆ ਤੇ ਹਾਂਜੀ ਤਾਂ ਥੋੜੀ ਜਿਹੀ ਗੱਡੀ ਜੋ ਬਾਹਰ ਬੂਹਰ ਨਿਕਲਿਆ ਉਹ ਹਵਾ ਹੋਵੇ ਜੀ ਲੱਗੇ ਥੋੜੀ ਜਿਹੀ ਨੈਟਵਰਕ ਨੂੰ ਇੰਡੀਆ ਦਿਆਂ ਨੂੰ ਤਾਂ ਤੇ ਮੈਂ ਪੁੱਛਣਾ ਚਾਹੁੰਗਾ ਵੀਰ ਜੀ ਕਿ ਜਿਸ ਤਰ੍ਹਾਂ ਕਿ ਇੱਕ ਸੰਗੀਤ ਦਾ ਜਿਹੜਾ ਸਾਗਰ ਆ ਸਮੁੰਦਰ ਆ ਇਹ ਬਹੁਤ ਡੂੰਘਾ ਔਰ ਇਸ ਪਲ ਨੂੰ ਜੇ ਤੁਸੀਂ ਇੰਡਸਟਰੀ ਵੱਲ ਨੂੰ ਆਪਣੇ ਆਪ ਕਦਮ ਆਪਣੇ ਲੈ ਕੇ ਤੁਰਦੇ ਆ ਇੱਕ ਚੰਗੇ ਪਾਸੇ ਨੂੰ ਔਰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਔਰ ਤੁਹਾਨੂੰ ਆਪਾਂ ਪਹਿਲੀ ਰਿਕਾਰਡਿੰਗ ਜਾਂ ਪਹਿਲੇ ਪਹਿਲੀ ਐਂਟਰੀ ਲਈ ਕੰਪਨੀਆਂ ਨਾਲ ਜਾਂ ਕੋਈ ਸਟਰਗਲ ਕਰਨੀ ਪਈ ਉਸ ਬਾਰੇ ਚਾਨਣਾ ਪਾਓ ਕਿ ਕਿਸ ਤਰੀਕੇ ਦਾ ਉਹ ਵਾਕਿਆ ਸੀ? ਹਾਂਜੀ, ਐਕਚੁਅਲੀ ਪਹਿਲਾ ਸਿੰਗਲ ਤਾਂ ਮੈਂ ਆਪਣਾ ਏਦਾਂ ਹੀ ਅਸੀਂ ਆਨਲਾਈਨ ਪਾਤਾ ਸੀਗਾ ਯੂਟਿਊਬ ਤੇ ਜੀ, ਤੇ ਹਾਂਜੀ ਤੇ ਉਹਦਾ ਚੰਗਾ ਰਿਸਪੋਂਸ ਆਇਆ ਸੀਗਾ, ਏਦਾਂ ਹੀ ਲਾਈਕ ਵਧੀਆ ਫੋਨ ਕਾਲ ਆਏ, ਨਵੇਂ ਲੋਕ ਜੁੜੇ ਵਗੈਰਾ ਤੇ ਕੋਈ ਅਸੀਂ ਪ੍ਰੋਡਕਸ਼ਨ ਦੇ ਅੰਡਰ ਨਹੀਂ ਸੀ ਕਰਿਆ ਜੀ ਉਹ ਜੀ। ਉਸ ਤੋਂ ਬਾਅਦ ਫਿਰ ਮੈਂ ਰੈਪ ਵਗੈਰਾ ਕਰਨ ਲੱਗ ਗਿਆ ਸੀਗਾ ਜੀ, ਚਲੋ ਸਿੰਗਲਸ ਦੇ ਨਾਲ ਮੈਂ ਰੈਪ ਕਰਨ ਲੱਗ ਗਿਆ, ਗੁਰੀ ਭਾਜੀ ਨੇ ਮੈਨੂੰ ਮੌਕਾ ਦਿੱਤਾ ਸੀਗਾ ਜੀ, ਗੁਰੀ ਜਿਹੜੇ ਜਿਹਨਾਂ ਜੱਸੀ ਗਿੱਲ ਦਾ ਸਾਰਾ ਮਿਊਜ਼ਿਕ ਕੀਤਾ ਆ। ਬਿਲਕੁਲ ਹਾਂਜੀ ਹਾਂਜੀ, ਤੇ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਰੈਪ ਵਗੈਰਾ ਕਰਨ ਦਾ ਤੇ ਮੈਂ ਫਿਰ ਰੈਪ ਕਰਨ ਲੱਗ ਗਿਆ ਸੀਗਾ ਜੀ, ਤੇ ਉਹ ਫਿਰ ਮੈਂ ਪ੍ਰੋਡਕਸ਼ਨ ਆਪੇ ਜੁੜ ਗਿਆ ਸੀਗਾ ਜੀ, ਜਦੋਂ ਫਿਰ ਮੈਂ ਰੈਪ ਵਗੈਰਾ ਕਰਦਾ ਸੀਗਾ ਜੀ। ਠੀਕ ਹੈ ਜੀ। ਹਾਂਜੀ, ਫਿਰ ਮੈਂ ਰੁਪਿੰਦਰ ਸਾਹਿਬ ਜੀ ਨਾਲ ਰੈਪ ਕੀਤਾ ਸੀਗਾ ਜੀ, ਇੱਕ ਤੀਸਰੀ ਦੇ ਅੰਡਰ ਜੱਸੀ ਗਿੱਲ ਨਾਲ ਤੀਸਰੀ ਦੇ ਅੰਡਰ ਕੀਤਾ ਸੀਗਾ ਜੀ। ਤੇ ਬਿਲਕੁਲ ਜੀ, ਤੇ ਉਹ ਕਿਹੜਾ ਸੌਂਗ ਸੀ ਵੀਰ ਜੀ ਜਿਹੜਾ ਤੁਸੀਂ ਕਹਿੰਦੇ ਕਿ ਪਹਿਲਾਂ ਯੂਟਿਊਬ ਤੇ ਪਾ ਦਿਓ, ਕਿਹੜੇ ਬੋਲ ਸੀ ਅੱਜ ਵੀ ਯੂਟਿਊਬ ਤੇ ਮਿਲ ਸਕਦੇ ਆ ਚਾਹੁਣ ਵਾਲਿਆਂ ਨੂੰ ਸੁਣਨ ਵਾਲਿਆਂ ਨੂੰ?
ਜ਼ਰੂਰ ਜੀ ਜ਼ਰੂਰ, ਡੈਡ ਨੇ ਮੇਰੇ 1984 ਦਾ ਜੋ ਵੀ ਹੋਇਆ ਸੀ ਆਪਣੇ ਤੇ ਸਾਕਾ ਹੋਇਆ ਸੀ ਤੇ ਉਹਨਾਂ ਦੇ ਉੱਪਰ ਉਹਨਾਂ ਨੇ ਲਿਖਿਆ ਸੀਗਾ ਜੀ ਗੀਤ ਜੀ, ਤੇ ਫਿਰ ਉਹਨਾਂ ਨੇ ਪਰੋਇਆ, ਫਿਰ ਮੈਂ ਸੋਚਿਆ ਵੀ ਲਾਈਕ ਗੁਰੀ ਭਾਜੀ ਨੇ ਕੰਪੋਜ਼ ਕੀਤਾ ਗਾਣਾ, ਫਿਰ ਮੈਂ ਗਾਇਆ ਸੀਗਾ ਜੀ, ਉਹ ਤੁਹਾਨੂੰ ਸੁਣਾ ਦਿੰਦਾ ਥੋੜ੍ਹਾ ਜਿਹਾ ਜੀ ਬਿਲਕੁਲ। ਕਈ ਸਾਲ ਬੀਤ ਕੇ ਬੜਦਿਆਂ ਨੂੰ ਹਾਲੇ ਤੱਕ ਨਾ ਬੁਝੀਏ ਰਾਖ ਸਾਡੀ, ਪਤਾ ਲੱਗੇ ਨਾ ਹੁਣ ਸਖਸ ਦੇਊ, ਹੋਈ ਉਮਰ ਤੱਕ ਨਾ ਮੁੱਕਣੀ ਆਸ ਸਾਡੀ, ਉਮਰ ਤੱਕ ਨਾ ਮੁੱਕਣੀ ਆਸ ਸਾਡੀ। ਕਰੂ ਕੀ ਬੇਦੋਸ਼ਾ ਬੰਦਾ ਹੱਥਾਂ ਪੈਰਾਂ ਨੂੰ, ਗਲਾਂ ਵਿੱਚ ਪਾ ਕੇ ਅੱਗ ਲਾਤੀ ਪੈਰਾਂ ਨੂੰ, ਕਰੂ ਕੀ ਬੇਦੋਸ਼ਾ ਬੰਦਾ ਹੱਥਾਂ ਪੈਰਾਂ ਨੂੰ, ਗਲਾਂ ਵਿੱਚ ਪਾ ਕੇ ਅੱਗ ਲਾਤੀ ਪੈਰਾਂ ਨੂੰ। ਬੈਠੇ ਤੁਸੀਂ ਅੱਡ ਵੈਰ ਦਿੱਲੀ ਪਰੇ ਤੋਂ ਪਰੇ, ਜਿਵੇਂ ਦੇਖੇ ਅੱਜ ਰਾਸੀ ਦਿੱਲੀ ਦੇਖਣੋਂ ਡਰੇ, ਦੇਖੇ ਅੱਜ ਰਾਤੀ ਦਿੱਲੀ ਦੇਖਣੋਂ ਡਰੇ, ਦੇਖੇ ਅੱਜ ਰਾਤੀ ਦਿੱਲੀ ਦੇਖਣੋਂ ਡਰੇ। ਬਹੁਤ ਸ਼ੁਕਰੀਆ ਕਰਾਂਗੇ ਤੁਹਾਡੇ ਡੈਡ ਦਾ ਵੀ, ਜਿਹਨਾਂ ਨੇ ਇੱਕ ਹਕੀਕਤ ਬਿਆਨ ਕੀਤੀ ਇਹਨਾਂ ਬੋਲਾਂ ਦੇ ਵਿੱਚ, ਔਰ ਤੁਸੀਂ ਉਸਨੂੰ ਸਜਦਾ ਕੀਤਾ ਔਰ ਉਹਨਾਂ ਦੇ ਕਦਮਾਂ ਦੇ ਉੱਤੇ ਚੱਲੇ, ਔਰ ਸਾਰਿਆਂ ਨੂੰ ਸੁਣਨ ਨੂੰ ਮਿਲਿਆ, ਰਿਸਪੋਂਸ ਮਿਲਿਆ, ਔਰ ਬਹੁਤ ਵਧੀਆ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਇਸ ਚੀਜ਼ ਦੀਆਂ। ਤੇ ਫਿਰ ਵੀ ਸਟਰਗਲ ਕਰਨੀ ਪੈਂਦੀ ਆ, ਔਰ ਤੁਹਾਡਾ ਇਹ ਯੂਟਿਊਬ ਤੋਂ, ਔਰ ਯੂਟਿਊਬ ਤੋਂ ਤੁਹਾਡੇ ਜਿੱਦਾਂ ਤੁਸੀਂ ਗੁਰੀ ਵੀਰ ਜੀ ਨੇ ਤੁਹਾਨੂੰ ਰਿਸਪੋਂਸ ਦਿੱਤਾ, ਤੇ ਫਿਰ ਇਹ ਸੌਂਗ ਜਿਹੜਾ ਪਹਿਲਾ ਟਰੈਕ ਤੁਹਾਡਾ ਜਿਹੜਾ ਰਿਲੀਜ਼ ਹੋ ਗਿਆ। ਵੀਰ ਜੀ ਪੁੱਛ ਰਹੇ ਨੇ ਕਿ ਜਿਹੜੀ ਤੁਹਾਡੀ ਐਲਬਮ ਆ ਰਹੀ ਆ ਉਹਦੇ ਵਿੱਚ ਕਿੰਨੇ ਟਰੈਕ ਨੇ, ਔਰ ਕਿੰਨੇ ਟਰੈਕ ਨੇ ਔਰ ਕਿਹਨੇ ਲਿਖ ਰਹੇ ਨੇ, ਔਰ ਉਹਦੇ ਵਿੱਚ ਕਿਸ ਤਰੀਕੇ ਦਾ ਸੌਂਗ ਹੈਗਾ ਜਿਹੜਾ ਤੁਹਾਡੇ ਡੈਡ ਨੇ ਵੀ ਲਿਖਿਆ ਹੋਵੇ? ਹਾਂਜੀ ਹਾਂਜੀ, ਡੈਡ ਦੇ ਲਿਖੇ ਮੇਰੇ ਆਲਬਮ ਦੇ ਵਿੱਚ 3-4 ਗਾਣੇ ਨੇ ਜੀ, ਤੇ 3-4 ਮੇਰੇ ਨੇ ਜੀ, ਤੇ ਬਸ ਇੱਕ ਗੀਤ ਮੈਂ ਮੇਰੇ ਇੱਕ ਗੁਰੀ ਭਾਜੀ ਦਾ ਲਿਖਿਆ ਆ, ਬਸ ਯਾਰ ਲਾਈਕ ਆਲਬਮ ਆਲਰੇਡੀ ਰੈਡੀ ਹੋ ਚੁੱਕੀ ਹੈ ਸਾਡੀ, ਸਾਰਾ ਕਨਸੈਪਟ ਵਗੈਰਾ ਜੋ ਵੀ ਮੈਟਰ ਸੀਗਾ ਰੈਡੀ ਹੈ ਸਾਰਾ ਜੀ। ਜੀ ਬਿਲਕੁਲ ਜੀ, ਤੇ ਵੀਰ ਜੀ ਉਦੋਂ ਪਹਿਲਾਂ ਵੀ ਸਿੰਗਲ ਆ ਰਿਹਾ ਵੀਰ? ਹਾਂਜੀ ਨਹੀਂ, ਉਸ ਤੋਂ ਪਹਿਲਾਂ ਵੀਰ ਜੀ ਕਹਿ ਰਹੇ ਨੇ ਕਿ ਇਸ ਤੋਂ ਪਹਿਲਾਂ ਸਿੰਗਲ ਟਰੈਕ, ਕੋਈ ਹੋਰ ਸਿੰਗਲ ਟਰੈਕ ਵੀ ਆ ਰਿਹਾ ਮੇਰੇ ਖਿਆਲ ਨਾਲ ਨਹੀਂ ਆ ਰਿਹਾ, ਕਿ ਹੁਣ ਐਲਬਮ ਦੀ ਤਿਆਰੀ ਵਿੱਚ ਨੇ ਔਰ ਐਲਬਮ ਦੇ ਉੱਤੇ ਬਹੁਤ ਕੰਮ ਚੱਲ ਰਿਹਾ ਲੱਗਦਾ? ਹਾਂਜੀ ਐਕਚੁਲੀ ਜਾਣਾ ਜੋ ਮੇਰਾ ਹੈਗਾ ਜੀ, ਅਸੀਂ ਹੁਣ ਉਹਦੀ ਵੀਡੀਓ ਬਣਾ ਕੇ ਲਾਂਚ ਕਰ ਦਿੱਤੀ ਹੈ ਜੀ, ਤੇ ਪਰਸੋਂ ਤੋਂ ਉਹ ਚੱਲ ਰਿਹਾ ਜੀ MH1 ਤੇ ਜੀ, ਤੇ 3-4 ਦਿਨਾਂ ਤੱਕ ਬਾਕੀ ਸਾਰੇ ਚੈਨਲ ਤੇ ਵੀ ਚੱਲੂਗਾ ਜੀ। ਕਿਆ ਬਾਤ ਹੈ ਜੀ, ਤੇ ਜਿਹੜੀ ਤੁਸੀਂ ਦੱਸਿਆ ਕਿ ਐਲਬਮ ਦੇ ਉੱਤੇ ਵੀ ਤੁਸੀਂ ਕੰਮ ਕਰ ਰਹੇ ਹੋ, ਔਰ ਇਸ ਤੋਂ ਪਹਿਲਾਂ ਜਿਹੜੇ ਸਿੰਗਲ ਟਰੈਕ ਕੀਤਾ ਇੱਕ ਪਹਿਲਾਂ ਕਿ ਤੁਸੀਂ ਕੀਤਾ ਔਰ ਗੁਰੀ ਭਾਜੀ ਉਹਨਾਂ ਦੀ ਹਿੰਮਤ ਨਾਲ, ਔਰ ਇੱਕ ਤੁਸੀਂ ਹੋਰ ਵੀ ਟਰੈਕ ਕੀਤਾ ਸੀ ਜਿਸ ਤਰ੍ਹਾਂ ਜਾਨ, ਹਾਂਜੀ, ਤੇ ਉਸ ਦੀ ਵੀ ਵੀਡੀਓਜ਼ ਦੇ ਉੱਤੇ ਕੰਮ ਚੱਲਿਆ, ਔਰ ਉਹ ਤੁਹਾਡਾ ਕਿੱਦਾਂ ਦਾ ਸਫ਼ਰ ਸੀ, ਕਿੱਦਾਂ ਦਾ ਸਫ਼ਰ ਰਿਹਾ ਤੁਹਾਡਾ, ਕਿ ਉਹ ਟਰੈਕ ਕਰਨ ਦੇ ਟਾਈਮ ਵੀ ਸਾਥ ਕਿਹਨਾਂ ਦਾ ਸੀ, ਗਰੁੱਪ ਕਿਹੜਾ ਸੀਗਾ ਨਾਲ ਤੁਹਾਡੇ ਕੰਮ ਕਰ ਰਹੇ, ਔਰ ਕਿਹੜੀ ਕੰਪਨੀ ਸੀ, ਸੇਮ ਗੁਰੀ ਭਾਜੀ ਕਰ ਰਹੇ ਸੀ?
ਐਕਚੁਅਲੀ 1984 ਦਾ ਮਿਊਜ਼ਿਕ ਸਿਰਫ ਗੁਰੀ ਭਾਜੀ ਨੇ ਕਰਿਆ ਸੀ ਤੇ ਬਾਕੀ ਫਿਰ ਮੈਂ ਗੁਰੀ ਭਾਜੀ ਦੇ ਨਾਲ ਕੰਮ ਕਰਨ ਲੱਗੇ ਸੀ ਮੋਸਟਲੀ ਰੈਪ ਮੈਂ ਉਹਨਾਂ ਨਾਲ ਕਰੇ ਨੇ ਜੀ ਤੇ ਇੱਕ ਰੈਪ ਬਸ ਮੈਂ ਰੁਪਿੰਦਰ ਹਾਂਡਾ ਜੀ ਨਾਲ ਕੀਤਾ ਵਿਸ਼ਾਲ ਖੰਨਾ ਜੀ ਨੇ ਮਿਊਜ਼ਿਕ ਕੀਤਾ ਸੀ ਮੋਹਾਲੀ ਤੋਂ ਜੀ ਤੇ ਫਿਰ ਉਹਨਾਂ ਨੇ ਹੀ ਲਾਈਕ ਮੇਰਾ ਇਹ ਗਾਣਾ ਕਰਿਆ ਸੀਗਾ ਜੀ ਜਾਨ ਵਾਲਾ ਅੱਛਾ ਉਹਨਾਂ ਨੇ ਫਿਰ ਤੁਸੀਂ ਰੈਪ ਕੀਤਾ ਉਸ ਤੋਂ ਬਾਅਦ ਜਿਹੜਾ ਜਾਨ ਤੁਹਾਡਾ ਸੌਂਗ ਆ ਤੇ ਬਹੁਤ ਪਿਆਰਾ ਵੀਰ ਜੀ ਅਕਲ ਜੇ ਦੋ ਬੋਲ ਹੋਰ ਹੋ ਜਾਣਾ ਤੇ ਮੈਸੇਜ ਆ ਗਿਆ ਜੀ ਸਾਡੇ ਕੋਲ ਸਿਮਰਨ ਕੌਰ ਜੀ ਦਾ ਬੈਂਕਾਕ ਵਾਲਿਆਂ ਦਾ ਤੇ ਸਿਮਰਨ ਕੌਰ ਜੀ ਕਹਿੰਦੀ ਵਾਹ ਜੀ ਵਾਹ ਬਹੁਤ ਹੀ ਖੂਬ ਤੇ ਮੈਂ ਵੀ ਕਾਲ ਕਰ ਸਕਦੀ ਹਾਂ ਜੀ ਤੇ ਜੀ ਮੈਂ ਹਾਂ ਹਾਰਟ ਨੂੰ ਰੁਪਿੰਦਰ ਹਾਂਡਾ ਜੀ ਬਿਲਕੁਲ ਜੀ ਆ ਜਾਓ ਜੀ ਤੁਸੀਂ ਆ ਜਾਓ ਕੋਈ ਗੱਲ ਨੀ ਤੁਸੀਂ ਆ ਕੇ ਆਪ ਹੀ ਕਹਿ ਲਓ ਤੇ ਮੈਸੇਜ ਤੇ ਮੈਸੇਜ ਕਰੀ ਜਾਂਦੇ ਹਾਂ ਆ ਜਾਓ ਜੀ ਆ ਜਾਓ ਕੋਈ ਗੱਲ ਨੀ ਤੇ ਬਿਲਕੁਲ ਜੀ ਜ਼ਰੂਰ ਤਾਂ ਇੱਕ ਵਾਰ ਜੇ ਜਾਣ ਦੇ ਦੋ ਕਬੂਲ ਫੇਰ ਹੋ ਜਾਣਗੇ ਜੀ ਤੇ ਬਹੁਤ ਵਧੀਆ ਲੱਗੂਗਾ ਤੇ ਸਾਨੂੰ ਮੈਸੇਜ ਭੇਜਿਆ ਜੀ ਲੰਡਨ ਤੋਂ ਵੀ ਸੰਦੀਪ ਕੌਰ ਜੀ ਵੀ ਸੁਣ ਰਹੇ ਨੇ ਸੰਦੀਪ ਕੌਰ ਜੀ ਕਹਿੰਦੇ ਸਤਿ ਸ਼੍ਰੀ ਅਕਾਲ ਤੇ ਆਪਣੀ ਸੁਨੀਤ ਕੌਰ ਜੀ ਪਟਿਆਲਾ ਤੋਂ ਕਹਿੰਦੇ ਨੇ ਜੀ ਪਲੀਜ਼ ਸਤਿ ਸ਼੍ਰੀ ਅਕਾਲ ਕਹਿ ਦਿਓ ਮੇਰੇ ਵੱਲੋਂ ਤੇ ਇੱਕ ਵਾਰੀ ਜ਼ਰੂਰ ਸੌਂਗ ਸੁਣਾ ਦਿਓ ਜੀ ਜੀ ਪਰੀਆਂ ਦੀ ਰਾਣੀ ਹੈ ਜੋ ਗੰਗਾ ਦਾ ਪਾਣੀ ਹੈ ਜੋ ਪਰੀਆਂ ਦੀ ਰਾਣੀ ਹੈ ਜੋ ਗੰਗਾ ਦਾ ਪਾਣੀ ਹੈ ਜੋ ਉਲਹੀ ਨਾ ਕੋਈ ਉਹਦੀ ਇੱਕ ਮੁਸਕਾਨ ਦਾ ਕਿੰਨਾ ਸੋਹਣਾ ਮੁਖੜਾ ਏ ਸੱਚੀ ਮੇਰੀ ਜਾਨ ਦਾ ਕਿੰਨਾ ਸੋਹਣਾ ਮੁਖੜਾ ਏ ਸੱਚੀ ਮੇਰੀ ਜਾਨ ਦਾ ਅੱਜ ਪੁੱਛੋ ਤਾਇਓ ਦੂਜਾ ਰੂਪ ਸੱਚੀ ਚੰਨ ਦਾ ਅੱਖਾਂ ਨਾਲ ਵੇਖਿਆ ਮੈਂ ਰਹਿਮ ਨਹੀਂ ਓ ਮੰਨਦਾ ਕਰਾਂ ਧੰਨਵਾਦ ਉਹਦੇ ਹੋ ਕਰਾਂ ਧੰਨਵਾਦ ਉਹਦੇ ਧਰਤੀ ਤੇ ਆਉਣ ਦਾ ਕਿੰਨਾ ਸੋਹਣਾ ਮੁਖੜਾ ਏ ਸੱਚੀ ਮੇਰੀ ਜਾਨ ਦਾ ਕਿੰਨਾ ਸੋਹਣਾ ਮੁਖੜਾ ਏ ਸੱਚੀ ਮੇਰੀ ਜਾਨ ਦਾ ਧੰਨਵਾਦ ਕਿਆ ਬਾਤ ਹੈ ਜੀ ਕਿੰਨਾ ਸੋਹਣਾ ਮੁਖੜਾ ਹੈ ਸੱਚੀ ਮੇਰੀ ਜਾਨ ਦਾ ਬਹੁਤ ਹੀ ਪਿਆਰੇ ਬੋਲ ਨੇ ਤੇ ਸਿਮਰਨ ਕੌਰ ਬੈਂਕਾਕ ਵਾਲੇ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਭੇਜੀ ਸੀ ਤੇ ਨਾਲੇ ਕਹਿੰਦੇ ਜੀ ਰੁਪਿੰਦਰ ਹਾਂਡਾ ਦਾ ਸੌਂਗ ਵਿੱਚ ਜਿਹੜਾ ਇਹਨਾਂ ਰੈਪ ਗਾਇਆ ਜੀ ਨਾ ਤੇ ਪਲੀਜ਼ ਉਹਦੇ ਦੋ ਬੋਲ ਸੁਣਾ ਦਿਓ ਤੇ ਨਾਲੇ ਕਹਿੰਦੇ ਜੀ ਰੁਪਿੰਦਰ ਹਾਂਡਾ ਜੀ ਦੀ ਬਹੁਤ ਕਲੋਜ਼ ਫਰੈਂਡ ਇਹਨਾਂ ਦੀ ਤੇ ਹਮੇਸ਼ਾ ਇਹਨਾਂ ਦੀ ਗੱਲਬਾਤ ਹੁੰਦੀ ਰਹਿੰਦੀ ਤੇ ਇਕੱਠੀਆਂ ਮਤਲਬ ਇਹ ਪੜੀਆਂ ਲੱਗਦਾ ਪਲਾ ਲਓ ਤੇ ਬਹੁਤ ਹੀ ਕਲੋਜ਼ ਨੇ ਤੇ ਕਹਿੰਦੇ ਸੀ ਪਲੀਜ਼ ਇੱਕ ਵਾਰ ਜ਼ਰੂਰ ਰੈਪ ਦੇ ਵਿੱਚ ਥੋੜ੍ਹਾ ਜਿਹਾ ਸੁਣਾ ਦਿਓ ਨਹੀਂ ਤੇ ਮੈਂ ਆ ਰਹੀ ਹਾਂ ਕਹਿੰਦੀ ਬੈਂਕਾਕ ਤੋਂ ਸਿੱਧੀ ਰੈਡੀ ਵਾਲਿਆਂ ਕੋਲ ਜੀ ਥੋੜਾ ਜਿਹਾ ਜੇ ਹੋ ਜਾਵੇ ਤਾਂ ਟਾਈਟਲ ਜਿਹਾ ਮਿਲ ਜੂਗਾ ਅਸੀਂ ਵੈਸੇ ਤਾਂ ਸੋਹਣੀ ਲਾਂਗੇ ਗਾਣੇ ਦੇ ਵਿੱਚ ਪਰ ਫਿਰ ਵੀ ਸਾਡਾ ਵੀਰ ਦੇ ਵਿੱਚ ਟੈਲੈਂਟ ਆ ਔਰ ਕਈ ਕੰਮ ਕਰਦਾ ਅਸੀਂ ਵੀ ਚਾਹੁੰਦੇ ਕਿ ਉਹ ਟੈਲੈਂਟ ਸਾਹਮਣੇ ਆਉਣਾ ਚਾਹੀਦਾ ਸਾਰਿਆਂ ਦੇ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਤੇ ਕੁੜੀਆਂ ਦਾ ਯਾਰ ਨਖਰਾ ਸਭ ਭੁੱਲ ਗਿਆ ਨਖਰਾ ਮੁੰਡਾ ਯਾਰ ਵੱਖਰਾ ਮੁੰਡੇ ਜਿਹੜੇ ਨਾਲ ਪੜਦੇ ਤੋਰੇ ਦੇਖ ਦੇਖ ਸਾਰੇ ਮੂਹਰੇ ਨੀ ਉਹ ਖੜਦੇ ਗੱਡੀਆਂ ਵੀ ਪਿੱਛੇ 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 ਰਹਿੰਦੀਆਂ ਹਾਟ 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 ਸਿੰਘ ਕਹਿੰਦੀਆਂ ਦੂਰੋਂ 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 ਤੱਕਦੀਆਂ ਰਹਿੰਦੀਆਂ ਚੱਕਦਾ ਕੰਮ ਬਾਈ ਤੇ ਘੈਂਟਿਆ ਕੰਮ ਬਾਈ ਪੂਰਾ ਘੈਂਟਿਆ ਵਾਕਈ ਤੂੰ ਡਿਜ਼ਰਵ ਕਰਦਾ ਮਤਲਬ ਕਿ ਹੈਗਾ ਚੀਜ਼ ਕੋਈ ਵਿੱਚ ਮਤਲਬ ਕਿ ਹੈਗਾ ਤੇ ਕੰਮ ਖਿੱਚ ਕੇ ਰੱਖਣਾ ਬਾਈ ਖਿੱਚ ਕੇ ਰੱਖਣਾ ਹੈਗਾ ਕੰਮ ਤੇ ਗੱਲ ਲੱਗਦੀ ਆ ਹੁਣ ਮੈਂ
ਛੱਡੇ ਹੋਏ ਇਹਨਾਂ ਨੇ ਸਟੈਚਿੰਗ ਕਰਕੇ, ਕਿਉਂਕਿ ਫਿਰ ਗਲੇ ਤੇ ਇਫੈਕਟ ਪੈਂਦਾ ਜੀ ਕਾਫੀ, ਉਹਦੇ ਕਰਕੇ ਫਿਰ ਮੈਂ ਹਾਂਜੀ ਮੈਂ ਘੱਟ ਕਰਦਾ ਮੇਰੇ ਮਾਇੰਡ ਚ ਰਹਿੰਦਾ, ਕਿਉਂਕਿ ਹੁਣ ਮੈਂ ਸਿੰਗਲ ਰੈਪ ਆਰਟਿਸਟ ਦੇ ਨਾਲ ਕਾਫੀ ਕਰ ਲਈ, ਮੇਰੇ ਮਾਇੰਡ ਚ ਵੀ ਜਦੋਂ ਇੱਕ ਭੁੱਲ ਜਾਂਦਾ ਮੈਚ ਚ। ਬਿਲਕੁਲ ਜੀ, ਰੈਪ ਕਰਦੇ ਵਿੱਚ ਗੇਅਰ ਬਹੁਤ ਬਦਲਨੇ ਪੈਂਦੇ ਆ, ਗੇਅਰ ਬਹੁਤ ਬਦਲਨੇ ਪੈਂਦੇ ਆ, ਸੀਰੀਅਸ ਗੱਲ ਤਾਂ ਇਹ ਹੈ ਜੀ। ਹਾਂਜੀ ਹਾਂਜੀ, ਤੇ ਬਿਲਕੁਲ ਜੀ ਕੋਈ ਗੱਲ ਨੀ, ਤਾਂ ਇੱਦਾਂ ਹੁੰਦਾ ਰਹੂਗਾ। ਜਿਸ ਤਰ੍ਹਾਂ ਤੁਸੀਂ ਜਾਨ ਤੁਹਾਡੀ ਸੌਂਗ ਤੋਂ ਬਾਅਦ ਤੁਹਾਨੂੰ ਕਾਫੀ ਰਿਸਪੋਂਸ ਮਿਲਿਆ, ਕਾਫੀ ਪਿਆਰ ਮਿਲਿਆ, ਤੇ ਇਸ ਦੇ ਨਾਲ ਨਾਲ ਤੁਸੀਂ ਵੀਡੀਓਜ਼ ਕਰਨ ਬਾਰੇ ਕੀ ਸੋਚ ਰਹੇ ਜਾਂ ਜਿਹੜੀ ਨਵੀਂ ਤਿਆਰੀ ਚੱਲ ਰਹੀ ਆ, ਔਰ ਉਸ ਬਾਰੇ ਚਾਨਣਾ ਪਾਓ ਕਿ ਉਹਦੇ ਬਾਰੇ ਕਿੱਥੇ ਤੱਕ ਕੰਮ ਚੱਲ ਰਿਹਾ, ਔਰ ਉਹਦੇ ਬਾਰੇ ਥੋੜਾ ਪੁੱਛਣਾ ਚਾਹਾਂਗੇ। ਹਾਂਜੀ ਜੀ, ਆਵਾਜ਼ ਕੱਟ ਰਹੀ ਭਾਜੀ? ਹਾਂਜੀ ਵੀਰ ਜੀ, ਬਿਲਕੁਲ ਜੀ ਆਵਾਜ਼ ਕੱਟ ਰਹੀ ਹੈ ਜੀ, ਬਿਲਕੁਲ ਠੀਕ ਹੈ ਹੁਣ ਆਵਾਜ਼ ਦੇਖੋ ਤਾਂ। ਹਾਂਜੀ ਮੈਂ ਗੱਡੀ ਰੋਕ ਲਈ, ਚਲੋ। ਹਾਂਜੀ, ਤੇ ਮੈਂ ਗੱਲ ਕਰ ਰਿਹਾ ਸੀ ਵੀਰ ਜੀ ਕਿ ਤੁਹਾਡੀ ਜਿਹੜੇ ਚੱਲ ਰਹੀ ਹੈ ਨਵੇਂ ਟਰੈਕ ਚੱਲ ਰਿਹਾ ਸੀ, ਜਿਸ ਤਰ੍ਹਾਂ ਜਾਨ ਸੌਂਗ ਚੱਲ ਰਿਹਾ ਸੀ, ਔਰ ਤੁਸੀਂ ਉਸ ਤੋਂ ਬਾਅਦ ਨਵੇਂ ਪ੍ਰੋਜੈਕਟ ਤੇ ਕੰਮ ਵੀ ਕਰ ਰਹੇ ਹੋ, ਔਰ ਐਲਬਮ ਤੇ ਕੰਮ ਕਰ ਰਹੇ ਹੋ, ਔਰ ਉਸ ਬਾਰੇ ਚਾਨਣਾ ਪਾਓ ਕਿ ਕਿਸ ਤਰ੍ਹਾਂ ਗਰੁੱਪ ਰਲ ਕੇ ਕੰਮ ਕਰ ਰਿਹਾ, ਉਹਦੀ ਕਿੱਥੇ ਤੱਕ ਜਿਹੜੀ ਕੋਸ਼ਿਸ਼ ਆ ਤੁਹਾਡੀ ਪਹੁੰਚ ਗਈ, ਔਰ ਕੀ ਉਹਦੇ ਤੇ ਹੋਰ ਕੰਮ ਚੱਲ ਰਿਹਾ? ਹਾਂਜੀ, ਮੇਰੇ ਵੱਡੇ ਭਾਜੀ ਜੀਗੁਰੀ ਜੀ ਉਹ ਬਸ ਸਾਰਾ ਮਿਊਜ਼ਿਕ ਉਹੀ ਕਰ ਰਹੇ ਨੇ ਜੀ, ਮੇਰੀ ਐਲਬਮ ਦਾ ਜੀ ਨਾਮ ਰੱਖਿਆ ਨੀ, ਕਿਉਂਕਿ ਪਹਿਲਾਂ ਅਸੀਂ ਗੀਤ ਵਗੈਰਾ ਸਾਰੇ ਫਾਈਨਲ ਕਰ ਲਈਏ, ਤੇ ਬਸ ਲੱਗੇ ਹਾਂ ਜੀ, ਕੁਛ ਡੈਡ ਦੇ ਗੀਤ ਨੇ ਜੀ, ਕੁਛ ਮੇਰੇ ਗੀਤ ਨੇ ਜੀ, ਕੁਛ ਇੱਕ ਗੁਰੀ ਭਾਜੀ ਦਾ ਗੀਤ ਹੈ, ਇੱਕ ਹੋਰ ਭਾਜੀ ਨੇ ਉਹਨਾਂ ਦਾ ਗੀਤ ਹੈ ਜੀ, ਤੇ ਬਾਕੀ ਇੱਕ ਵਿਗੜੇ ਸ਼ਰਾਬੀ 2 ਦੇ ਵਿੱਚ ਮੇਰਾ ਸਿੰਗਲ ਵੀ ਆ ਰਿਹਾ ਜੀ, ਇੱਕ ਹੋਰ ਮਲਟੀ ਐਲਬਮ ਕਰ ਰਹੇ ਨੇ ਗੁਰੀ ਭਾਜੀ, ਉਹਦੇ ਵਿੱਚ ਵੀ ਆ ਰਿਹਾ ਜੀ, ਸਿੰਗਲ ਟਰੈਕ ਵੀ, ਹੋਰ ਐਲਬਮ ਦੇ ਸਿੰਗਲ ਟਰੈਕ ਵੀ ਆ ਰਹੇ ਨੇ। ਹਾਂਜੀ ਹਾਂਜੀ, ਸਿੰਗਲ ਟਰੈਕ ਵੀ ਕਰ ਰਹੇ ਨੇ, 3-4 ਸਿੰਗਲ ਟਰੈਕ ਕਰ ਰਹੇ ਨੇ ਹੋਰ। ਕਿਆ ਬਾਤ ਹੈ ਜੀ, ਜਰੂਰ ਮੈਂ ਹਾਦੀ ਵੀਰ ਨੂੰ ਪੁੱਛਣਾ ਚਾਹੁੰਦਾ ਵੀ ਲਾਈਕ ਹੁਣ ਸੋਹਣਾ ਸੁਨੇਖਾ ਵੀਰ ਆ, ਮੂਵੀ ਮਾਵੀ ਚ ਵੀ ਕੰਮ ਕਰੋ ਅੱਗੇ ਜਾ ਕੇ ਜੀ? ਤੇ ਬਿਲਕੁਲ ਤਾਂ ਵੀਰ ਜੀ ਬਿਲਕੁਲ, ਤੇ ਸਿੰਗਲ ਟਰੈਕ ਵੀ ਆ ਰਹੇ ਨੇ, ਸਿੰਗਲ ਟਰੈਕ ਕਿੰਨੇ ਕੁ ਦੇਰ ਤੱਕ ਤੁਹਾਡੇ ਜਿਹੜੇ ਆ ਜਾਣਗੇ? ਸਿੰਗਲ ਐਕਚੁਅਲੀ ਮੈਂ ਪਹਿਲਾਂ ਆਪਣਾ ਐਲਬਮ ਦਾ ਕਰ ਰਹੇ ਨਾਲ ਨਾਲ ਭਾਜੀ, ਸਿੰਗਲ ਜਿਹੜੀ ਮਲਟੀ ਐਲਬਮ ਆ ਉਹ ਕਰੀ ਜਾਂਦੇ ਨੇ, ਤੇ ਫਿਰ ਜਿਹੜਾ ਮੈਂ ਐਲਬਮ ਦੇ ਵਿੱਚੋਂ ਨਹੀਂ ਰੱਖਣਾ ਹੋਊਗਾ, ਅਸੀਂ ਉਹ ਸਿੰਗਲ ਜਿਹੜੀ ਹੈ ਮਿਕਸ ਐਲਬਮ ਉਹਦੇ ਵਿੱਚ ਪਾਵਾਂਗੇ ਜੀ। ਕਿਆ ਬਾਤ ਹੈ ਜੀ, ਤੇ ਇਸ ਐਲਬਮ ਦੇ ਵਿੱਚ ਕਿਸ ਤਰ੍ਹਾਂ ਦਾ ਤੜਕਾ ਹੋਊਗਾ ਸੌਂਗਸ ਦਾ, ਕੁਛ ਆਈਡੀਆ ਮਿਲ ਸਕਦਾ, ਕੁਛ ਟਰੱਕ ਡਰਾਈਵਰਾਂ ਦਾ ਸੌਂਗ ਜਾਂ ਕਿਸ ਤਰੀਕੇ ਦੇ ਸੌਂਗ ਆ ਇਹਨਾਂ ਦੇ ਵਿੱਚ ਜ਼ਿਆਦਾਤਰ, ਕਿਹੜੀ ਕਿਹੜੀ ਚੀਜ਼ਾਂ ਹੁਣ ਸਾਰੇ ਕਿਹੜੇ ਕਿਹੜੇ ਚੀਜ਼ਾਂ ਟੱਚ ਕਰਦੇ ਆ? ਹਾਂਜੀ ਹਾਂਜੀ, ਮੇਰੇ ਐਕਚੁਅਲੀ ਹੁਣ ਦੋਸਤ ਸਾਰੇ ਹੁਣ ਪਿੰਡਾਂ ਦੇ ਵੀ ਨੇ ਜੀ, ਸ਼ਹਿਰਾਂ ਦੇ ਵੀ ਨੇ ਜੀ, ਤੇ ਬਾਹਰ ਦੇ ਵੀ ਨੇ, ਤੇ ਉਹਨਾਂ ਨੂੰ ਸਾਰਿਆਂ ਨੂੰ ਅਸੀਂ ਮੁੱਖ ਰੱਖ ਕੇ ਜਾਂ ਸਰੋਤਿਆਂ ਨੂੰ ਦੇਖ ਕੇ ਹਨਾ ਸਾਰਿਆਂ ਨੂੰ ਜੀ, ਉਦੋਂ ਇੱਕ ਦੋ ਦੋ ਮੇਰੇ ਰੋਮਾਂਟਿਕ ਸੌਂਗ ਨੇ ਇਹਦੇ ਵਿੱਚ ਜੀ, ਤੇ ਇੱਕ ਦੋ UK ਸਟਾਈਲ ਭੰਗੜਾ ਦੇ ਵੀ ਹੈਗੇ ਨੇ ਜੀ, ਤੇ ਇੱਕ ਮੇਰਾ ਰੈਪ ਟਰੈਕ ਹੈ ਜੀ, ਪੂਰਾ ਮੇਰਾ ਪਹਿਲਾ ਸਿੰਗਲ ਹੋਊਗਾ ਜੀ ਰੈਪ, ਮੈਂ ਬਿਨਾਂ ਕਿਸੇ ਸਿੰਗਰ ਤੋਂ ਕਰੂੰਗਾ ਜੀ, ਤੇ ਉਹਦੇ ਵਿੱਚ ਵੈਸੇ ਇੱਕ ਦੋ ਦੇਸੀ ਗਾਣੇ ਵੀ ਹੈਗੇ ਨੇ ਜੀ ਮੇਰੇ, ਤੇ ਮਤਲਬ ਬੀਟ ਹੋਊਗੀ ਵੀ ਜਿਹੜੇ ਬੀਟ ਸੌਂਗ ਆ, ਤੇ ਥੜਕੂ ਪੱਗ ਪੱਬ ਫਿਰ UK ਵਾਲਿਆਂ ਦਾ, ਕੈਨੇਡਾ ਵਾਲਿਆਂ ਸਾਰਿਆਂ ਦਾ? ਹਾਂਜੀ ਹਾਂਜੀ, ਸਾਰੇ ਪਾਸੇ ਅਸੀਂ ਸਾਰਿਆਂ ਨੂੰ ਮੁੱਖ ਰੱਖ ਕੇ ਜੀ ਉਦਾਂ ਦੀ ਐਲਬਮ ਬਣਾਈ ਆ। ਤੇ ਇਸ ਐਲਬਮ ਦੇ ਵਿੱਚ ਜਿਸ ਤਰ੍ਹਾਂ ਤੁਸੀਂ ਕਹਿੰਦੇ ਵੀਡੀਓਜ਼ ਵੀ ਸ਼ੂਟ ਕਰਨੇ ਜਾਣਗੇ, ਔਰ ਕਿੰਨੇ ਕੁ ਸੌਂਗ ਇਹਦੇ ਵਿੱਚ ਤੁਹਾਡਾ ਮਤਲਬ ਕੋਈ ਟਾਰਗੇਟ ਚੱਲ ਰਿਹਾ ਕਿ ਤੁਸੀਂ ਆਹ ਸੌਂਗ ਦੇ ਜਿਹੜੇ ਮਤਲਬ ਆਈਡੀਆ ਤਾਂ ਹੋ ਹੀ ਜਾਂਦਾ ਬਸ ਜਿਹਦੇ ਵੀਡੀਓ ਸ਼ੂਟ ਕੀਤੇ ਜਾਣਗੇ, ਉਹ ਕਿੰਨੇ ਕਿਹੜੇ ਸੌਂਗ ਹੋਣਗੇ? ਮਤਲਬ ਚਲੋ ਸੌਂਗ ਤਾਂ ਨਹੀਂ ਪੁੱਛਦੇ ਕਿ ਨਾ ਕਿਹੜੇ ਹੋਣਗੇ ਸੌਂਗ ਦੇ, ਪਰ ਕਿੰਨੇ ਸੌਂਗ ਹੋਣਗੇ? ਹਾਂਜੀ, ਵੀਡੀਓ ਦਾ ਅਸੀਂ ਸਾਡੇ ਦੋ ਤਿੰਨ ਜਿਹੜੇ ਮੇਰੇ ਮੇਨ ਅਸੀਂ ਲਾਈਕ ਸਾਰੇ ਮੇਰੇ ਫਰੈਂਡ ਵੀ ਐਪਰੀਸ਼ੀਏਟ ਕਰਦੇ ਆ ਸੌਂਗ ਨੂੰ, ਉਹਨਾਂ ਨੂੰ ਇੱਕ ਗੈਰ ਵੱਲ ਲਿਖਿਆ ਜੀ ਗੀਤ, ਹੀਰ ਨਾਮ ਗੀਤ ਜੀ ਮੇਰਾ ਹੈ ਜੀ, ਇਤਿਹਾਸ ਠੀਕ ਹੈ ਜੀ, ਤੇ ਇੱਕ ਹੋਰ ਹੈ ਜੀ, ਉਹ ਅਸੀਂ ਨਾਮ ਨਹੀਂ ਲੈਣਾ ਉਹਦਾ, ਕਿਉਂਕਿ ਫਿਰ ਆਈਡੀਆ ਵਗੈਰਾ ਤੁਹਾਨੂੰ ਪਤਾ ਹੀ ਹੈ ਜੀ, ਆਨਲਾਈਨ ਬਿਲਕੁਲ ਜੀ ਬਿਲਕੁਲ ਬਿਲਕੁਲ ਨਾਮ ਨਹੀਂ ਹੈ।
ਤੇ ਬਾਕੀ ਹੈਗੇ ਨੇ ਤਿੰਨ ਚਾਰ ਟਰੈਕ ਸਾਡੇ ਨਜ਼ਰ ਚ ਹੈਗੇ ਨੇ ਜਿਨ੍ਹਾਂ ਦੀ ਅਸੀਂ ਵੀਡੀਓ ਪੱਕਾ ਬਣਾਉਣੀ ਹੈਗੀ। ਕਿਆ ਬਾਤ ਹੈ, ਤਿੰਨ ਚਾਰ ਜਿਹੜੀਆਂ ਵੀਡੀਓ ਜਿਹੜੀਆਂ ਸ਼ੂਟ ਹੋਣਗੀਆਂ ਤੇ ਫਿਰ ਯਾਰੀ ਤੇ ਪੇਪਰ ਦੀ ਹੋ ਹੀ ਗਈ ਆ ਤੇ ਫਿਰ ਡੈਡ ਕਦੇ ਕਹਿੰਦਾ ਹੋਣਾ ਚੱਲ ਫਿਰ ਮਨਗੂ ਸਾਹਿਬ ਆਪਾਂ ਫਿਰ ਲਿਖੀਏ ਕੁਛ ਅੱਜ ਨਵਾਂ ਹੈ। ਹਾਂਜੀ 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 ਤੇ ਫਿਰ ਬੰਦਾ ਹੁੰਦਾ ਮੂਡ ਦੇ ਹਿਸਾਬ ਨਾਲ ਦੱਸ ਦਿੰਦੇ ਨੇ ਯਾਰ ਅੱਜ ਕਰ ਕੁਛ ਏਦਾਂ, ਜਿਵੇਂ ਹੁਣ ਸ਼ਕਤੀ ਸਿੰਘ ਦਾ ਪਰਸੋਂ ਫੀਲਿੰਗ ਜਿਹੀ ਲੈ ਰਿਹਾ ਸੀ ਉਹਦੇ ਲਈ ਮੈਂ ਕੁਛ ਲਿਖਿਆ ਸੀਗਾ ਜੀ, ਤੇ ਏਦਾਂ ਏਦਾਂ ਕਰਦੇ ਰਹੀ ਜੀ। ਬਿਲਕੁਲ ਜੀ ਬਿਲਕੁਲ ਜੀ, ਬਹੁਤ ਵਧੀਆ ਸਲੂਟ ਕਰਦੇ ਜੀ ਤੁਹਾਡਾ, ਡੈਡ ਦੀ ਵੀ ਬਹੁਤ ਵਧੀਆ ਸੋਚ ਨੂੰ ਅਸੀਂ ਸਲੂਟ ਕਰਦੇ ਹਾਂ ਕਿਉਂਕਿ ਇੱਕ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਜੋੜ ਰਹੇ ਨੇ, ਔਰ ਜਦੋਂ ਪੇਰੈਂਟਸ ਦਾ ਇੰਨਾ ਪਿਆਰ ਹੋਵੇ ਨਾ ਮਗਰ ਤੇ ਵੀਰ ਜੀ ਉਹ ਤਾਂ ਕੰਮ ਸਕਸੈਸ ਹੋਣਾ ਹੀ ਹੋਣਾ, ਉਹ ਅੱਜ ਵੀ ਹੋਣਾ ਤੇ ਕੱਲ੍ਹ ਵੀ ਹੋਣਾ, ਤੇ ਤੁਹਾਡੀ ਇਸ ਐਲਬਮ ਨੂੰ ਪੂਰਾ ਪੂਰਾ ਰਿਸਪੋਂਸ ਮਿਲਣਾ ਹੈ, ਔਰ ਤੁਸੀਂ ਜਿਸ ਤਰ੍ਹਾਂ ਜਿਸ ਕਿ ਇਹਦੀਆਂ ਵੀਡੀਓ ਵੀ ਸ਼ੂਟ ਕਰ ਰਹੇ ਤੇ ਇਹਦੇ ਨਾਲ ਨਾਲ ਕਈ ਵਾਰ ਵੀਰ ਜੀ ਕਿ ਜਿਹੜੀ ਸਾਡਾ ਇੱਕ ਕੋਸ਼ਿਸ਼ ਅਸੀਂ ਸਾਰੇ ਪਾਸੇ ਕਰਦੇ ਹਾਂ, ਹੁਣ ਸਾਡਾ ਵੀਰ ਸਾਨੂੰ ਸਵਾਲ ਕਰ ਰਿਹਾ ਸੀ ਕਿ ਇੱਕ ਅੱਜ ਕੱਲ੍ਹ ਫਿਲਮਾਂ ਦਾ ਬਹੁਤ ਜ਼ੋਰ ਆ, ਔਰ ਤੁਸੀਂ ਤਾਂ ਰੱਬ ਦੀ ਕਲਪਨਾ ਉਹਦੀ ਵੈਸੇ ਸੋਹਣੇ ਸੁਨੱਖੇ ਬਹੁਤ ਹੋ, ਔਰ ਖੰਨੇ ਵਾਲੇ ਤਾਂ ਵੈਸੇ ਵੀ ਬਖਸ਼ਿਸ਼ ਆ, ਥੋੜ੍ਹੀ ਜਿਹੀ ਮਸ਼ੀਨ ਮਸ਼ੂਰੀ ਜ਼ਿਆਦਾ ਖਾਂਦੇ ਆ। ਹਾਂਜੀ ਤੇ ਤੁਹਾਡਾ ਕੀ ਖਿਆਲ ਹੈ ਜੇ ਕੋਈ ਤੁਹਾਡਾ ਦੋਸਤ ਮਿੱਤਰ ਤੁਹਾਨੂੰ ਕਈ ਵਾਰੀ ਫਿਲਮ ਵਿੱਚ ਕਿਸੇ ਰੋਲ ਦੇ ਕਿਸ ਤਰ੍ਹਾਂ ਖਿੱਚਦਾ ਔਰ ਤੁਹਾਨੂੰ ਤੁਸੀਂ ਸੋਚਦੇ ਹੋ ਕਿ ਥੋੜਾ ਮੋਟਾ ਕੰਮ ਕਰਾਂਗੇ ਉਹਨਾਂ ਦੀਆਂ ਗੱਲਾਂ ਦੇ ਖਰੇ ਉਤਰੋਗੇ? ਹਾਂਜੀ ਬਸ ਹਾਲੇ ਤਾਂ ਮੈਂ ਲੈਕਚਰ ਮੇਰਾ ਕੰਸਲਟੇਟ ਹੈਗਾ ਜੀ, ਮੇਰੇ ਐਲਬਮ ਤੇ ਆ ਜੀ, ਬਾਕੀ ਦੇਖਾਂਗੇ ਬਾਅਦ ਚ ਕਿੱਥੇ ਤੱਕ ਬਾਬਾ ਜੀ ਲੈ ਕੇ ਜਾਂਦੇ ਨੇ। ਤੇ ਓਦਾਂ ਮੇਰੇ ਵੱਡੇ ਭਾਜੀ ਨੇ ਜੀ ਬੰਬੇ ਤੋਂ ਮਾਨਵ ਵਿੱਚ, ਉਹ ਵੀ ਐਕਟਰ ਨੇ ਬਹੁਤ ਵਧੀਆ ਜੀ, ਉਹ ਬਹੁਤ ਸਪੋਰਟ ਕਰਦੇ ਆ ਮੈਨੂੰ, ਮੈਨੂੰ ਬਹੁਤ ਕਹਿੰਦੇ ਆ ਵੀ ਤੂੰ ਕਰ ਕੁਛ ਹੈਗਾ ਏਦਾਂ ਫਿਲਮਾਂ ਦਾ ਕਰ ਕੁਛ, ਲਾਈਕ ਮੈਂ ਹਾਲੇ ਐਲਬਮ ਵਾਲੇ ਕੰਸਲਟੇਟ ਕਰ ਰਹੇ ਸਾਰਾ। ਪਰ ਕਰ ਤਾਂ ਤੁਸੀਂ ਲੈਣਾ ਆ ਕਿਉਂਕਿ ਤੁਸੀਂ ਜਿਹੜੇ ਕੰਮ ਨੂੰ ਵੀ ਹੱਥ ਪਾਉਂਦੇ ਆ ਹਾਟ ਮਨਕੂ ਸਾਹਿਬ ਉਹ ਕੰਮ ਸਿਰੇ ਹੀ ਚੜ੍ਹਦਾ ਆ। ਤੇ ਸ਼ਕਤੀ ਵੀਰ ਨੇ ਫਿਰ ਮੈਸੇਜ ਕਰਤਾ ਜਾ ਕੇ ਕਹਿੰਦਾ ਜੀ ਲਵਜੂ ਬਾਈ ਦੁਬਾਰਾ ਜਾਨ ਗਾਣਾ ਸੁਣਾਉਣ ਲਈ, ਕਹਿੰਦਾ ਜੀ ਮਿੱਠੀ ਮਿੱਠੀ ਆਵਾਜ਼ ਲਵਜੂ ਬਾਬਿਓ, ਥੈਂਕ ਯੂ ਜੀ, ਬਹੁਤ ਬਹੁਤ ਸ਼ੁਕਰੀਆ ਜੀ। ਤੇ ਸਿਮਰਨ ਕੌਰ ਜੀ ਕਹਿੰਦੇ ਜੀ ਯਾਦ ਕਰ ਲਓ ਯਾਦ ਜੀ, ਮੈਂ ਕੀ ਸੁਣਾਂਗੀ, ਬਿਲਕੁਲ ਜੀ ਆ ਜਾਓ ਜੀ ਸਿਮਰਨ ਜੀ, ਕੋਈ ਗੱਲ ਨਹੀਂ, ਤੁਸੀਂ ਅੱਜ ਸਾਨੂੰ ਯਾਦ ਆ ਤਾਂ ਥੈਂਕ ਯੂ ਭੇਜਿਆ ਜੀ, ਕਹਿੰਦੇ ਬਹੁਤ ਬਹੁਤ ਜੀ ਤੁਸੀਂ ਉਹਨਾਂ ਲਈ ਰੈਪ ਥੋੜ੍ਹਾ ਜਿਹਾ ਗਾਇਆ ਜੀ, ਬਹੁਤ ਬਹੁਤ ਸ਼ੁਕਰੀਆ ਭੇਜਿਆ ਇਹਨਾਂ ਤੁਹਾਡੇ ਲਈ। ਤੇ ਪਾਕਿਸਤਾਨ ਦੇ ਵਿੱਚੋਂ ਸਾਡੇ ਕੋਲ ਮੈਸੇਜ ਭੇਜੀ, ਪਾਕਿਸਤਾਨ ਦੇ ਵਿੱਚ ਸਾਡਾ ਵੀਰ ਬੈਠਾ ਸੁਣ ਰਿਹਾ ਜੀ ਵਸੀਮ ਅਕਵਾਲ, ਕਹਿੰਦਾ ਜੀ ਮੇਰੇ ਵੱਲੋਂ ਸਲਾਮ ਅਲੈਕਮ ਐਂਡ ਸਤਿ ਸ਼੍ਰੀ ਅਕਾਲ, ਬਹੁਤ ਹੀ ਵਧੀਆ ਲੱਗ ਰਿਹਾ ਜੀ ਬਹੁਤ। ਤੇ ਸਾਡੀ ਜੈਜ਼ ਆਸਟ੍ਰੇਲੀਆ ਦੇ ਵਿੱਚੋਂ ਕਹਿੰਦੀ ਜੀ ਸਤਿ ਸ਼੍ਰੀ ਅਕਾਲ ਜੀ, ਵੈਰੀ ਨਾਈਸ, ਤੇ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਕਹਿੰਦੇ ਜੀ, ਬਿਲਕੁਲ ਸਤਿ ਸ਼੍ਰੀ ਅਕਾਲ ਜੀ ਆਸਟ੍ਰੇਲੀਆ ਵਾਲਿਓ। ਤੇ ਜਸਪ੍ਰੀਤ ਕੌਰ ਜੀ ਕਹਿੰਦੇ ਜੀ USA ਵਾਲੇ ਸਤਿ ਸ਼੍ਰੀ ਅਕਾਲ ਜੀ, ਵੈਰੀ ਨਾਈਸ, ਬਹੁਤ ਵਧੀਆ, ਤੇ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਕਹਿੰਦੇ ਜੀ, ਅਸੀਂ ਵੀ ਸਤਿ ਸ਼੍ਰੀ ਅਕਾਲ ਕਹਿੰਦੇ ਹਾਂ। ਤੇ ਅਸੀਂ ਨਵੀਂ ਐਲਬਮ ਬਾਰੇ ਤੁਸੀਂ ਹਜੇ ਕੁਛ ਨਹੀਂ ਕਰਨਾ ਚਾਹੁੰਦੇ ਗੱਲਬਾਤ, ਅਸੀਂ ਤੁਹਾਨੂੰ ਕਹਾਂਗੇ ਵੀ ਨਹੀਂ, ਔਰ ਵੈਸੇ ਰਿਕਾਰਡਿੰਗ ਹੋ ਚੁੱਕੀ ਆ, ਮਿਕਸਿੰਗ ਹੋ ਚੁੱਕੀ ਆ ਉਸ ਸੌਂਗ ਦੀ ਸਾਰੀ ਐਲਬਮਸ ਦੀ? ਨਹੀਂ ਐਕਚੁਲੀ ਤਿੰਨ ਚਾਰ ਗਾਣੇ ਤਾਂ ਜੀ ਮੇਰੇ ਰੈਡੀ ਨੇ, ਰਿਕਾਰਡਿੰਗ ਵਗੈਰਾ ਵੀ ਹੋਈਆਂ ਨੇ, ਤੇ ਐਕਚੁਲੀ ਹੁਣ ਭਾਜੀ ਨੇ ਨਵਾਂ ਆਪਣਾ ਸਟੂਡੀਓ ਰੈਡੀ ਕੀਤਾ ਜੀ ਖਾਨੇ ਦੇ ਵਿੱਚ, ਅਸੀਂ ਬਸ ਉਹਦੀ ਓਪਨਿੰਗ ਅਸੀਂ 5 ਤਰੀਕ ਤੱਕ ਕਰ ਦਿੰਦੇ ਜੀ, ਫਿਰ ਉੱਥੇ ਨਵੇਂ ਲਾਈਕ ਸਿਰੇ ਤੋਂ ਕੰਮ ਸ਼ੁਰੂ ਕਰਾਂਗੇ ਜੀ, ਜਿਹੜੇ 4-5 ਗਾਣੇ ਸਾਡੇ ਰਹਿੰਦੇ ਆ ਜੀ। ਬਿਲਕੁਲ ਜੀ, ਤੇ ਮਤਲਬ ਗਾਣੇ ਤੁਹਾਨੂੰ ਹਜੇ ਅਲਾਊਡ ਨਹੀਂ ਹੈ, ਉਹ ਗਾਣੇ ਜਿਹੜੇ ਸੁਣਾਉਣੇ ਇਹ ਇਕਦਮ ਸਾਨੂੰ ਐਲਬਮ ਵੀ ਮਿਲੂਗੀ ਤੇ ਫੇਰ ਹੀ ਵੱਜੂਗੀ? ਹਾਂਜੀ 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 ਬਿਲਕੁਲ ਜੀ। ਤੇ ਅਸੀਂ ਪੁੱਛਣਾ ਚਾਹਾਂਗੇ ਸਾਡੇ ਵੀਰ ਜੀ, ਇਸ ਤਰ੍ਹਾਂ ਕਿ ਤੁਹਾਡਾ ਦੋਸਤ ਮਿੱਤਰੀ ਕਹਿ ਕੇ ਗਿਆ ਕਿ ਤੁਸੀਂ ਉਸਤਾਦ ਜੀ ਮੰਨਦੇ ਹੋ, ਔਰ ਅਸੀਂ ਵੀ ਪੁੱਛਣਾ ਚਾਹਾਂਗੇ ਕਿ ਆਟ ਮਾਨਕੂ ਸਾਹਿਬ ਕੋ ਕਿਹਨਾਂ ਨੂੰ ਉਸਤਾਦ ਜੀ ਮੰਨਦੇ ਨੇ, ਔਰ ਉਹਦੇ ਬਾਰੇ ਥੋੜਾ ਜਾਣਨਾ ਪਾਓ। ਐਕਚੁਲੀ ਮੈਂ ਤੁਹਾਨੂੰ ਦੱਸਿਆ ਸੀਗਾ ਪਹਿਲਾਂ ਵੀ ਮੈਂ ਸ਼ੁਰੂ ਤੋਂ ਹੀ ਮਾਨਕ ਸਾਹਿਬ ਨੂੰ ਬਹੁਤ ਸੁਣਿਆ ਜੀ, ਤੇ ਮੈਂ ਬਸ
ਉਹਨਾਂ ਨੂੰ ਸੁਣਦਾ ਗਿਆ ਜੀ, ਉਹਨਾਂ ਦਾ ਅੰਦਾਜ਼ ਬਹੁਤ ਸੋਹਣਾ ਲੱਗਦਾ ਜੀ ਮੈਨੂੰ, ਲਾਈਕ ਜਿੱਦਾਂ ਖੁੱਲ ਕੇ ਗਲਾ ਖੁੱਲ ਕੇ ਗਾਉਂਦੇ ਆ, ਲਾਈਕ ਉਹਨਾਂ ਤੋਂ ਮੈਂ ਸੁਣ ਸੁਣ ਕੇ ਸਿੱਖਣਾ ਲਾਈਕ ਰਿਸੀਵ ਹੋਇਆ। ਤੇ ਫਿਰ ਮੈਂ ਗੁਰੀ ਭਾਜੀ ਦੇ ਨਾਲ ਪਿਆ, ਲਾਈਕ 4-5 ਸਾਲ ਤੋਂ ਅਸੀਂ ਇਕੱਠੇ ਹਾਂ। ਤੇ ਇਹਨਾਂ ਨੂੰ ਮੈਂ ਸੰਗੀਤਕ ਲਾਈਕ ਜੋ ਰੂਲਸ ਰੈਗੂਲੇਸ਼ਨ ਹੁੰਦੀਆਂ ਨੇ ਆਪਣੇ ਹਨਾ, ਗਾਇਕੀਆਂ ਜਾਂ ਕਿੱਦਾਂ ਗਾਉਣਾ, ਕਿੱਦਾਂ ਕਿੰਨਾ ਆਪਣਾ ਰੱਖਣਾ ਹਨਾ, ਤੇ ਬਸ ਉਹ ਮੈਂ ਇਹਨਾਂ ਤੋਂ ਹੀ ਸਿੱਖਿਆ ਜੀ। ਤੇ ਇਹਨਾਂ ਦੇ ਇਹਨਾਂ ਦੇ ਛੋਟੇ ਭਾਈ ਮੇਰੇ ਸਾਰਾ ਹੋਮਵਰਕ ਲੈ ਕੇ ਸਾਹਮਣੇ ਮੈਨੂੰ ਸਾਰਾ ਮੈਨੇਜ ਹੀ ਕਰ ਰਹੇ ਨੇ। ਬਿਲਕੁਲ ਜੀ, ਤੇ ਤੁਸੀਂ ਸਟੱਡੀ ਦੇ ਨਾਲ ਨਾਲ ਸਾਰੇ ਜਿਹੜੇ ਸੰਗੀਤ ਦਾ ਆਪਣਾ ਗੁਰੀ ਭਾਜੀ ਨੇ ਤਾਂ ਬਹੁਤ ਰਿਸਪੋਂਸ ਦਿੱਤਾ, ਗੁਰੀ ਭਾਜੀ ਨੇ ਉਹਦੇ ਉਹਨਾਂ ਕੋਲੋਂ ਤੁਸੀਂ ਕਾਫੀ ਚੀਜ਼ਾਂ ਸਿੱਖਣ ਨੂੰ ਮਿਲਦੀਆਂ। ਔਰ ਜਦ ਤੁਸੀਂ ਕਹਿੰਦੇ ਤੁਹਾਡਾ 4-5 ਸਾਲ ਦਾ ਸਫ਼ਰ, ਔਰ ਤੁਸੀਂ ਬੜੀ ਲੰਮੀ ਜਰਨੀ ਤੋਂ ਲੰਮੇ ਸਫ਼ਰ ਤੋਂ ਗਾ ਰਹੇ ਹੋ, ਔਰ ਸ਼ੌਂਕ ਜਿਸ ਤਰ੍ਹਾਂ ਤੁਸੀਂ ਦੱਸਿਆ, ਔਰ ਇੱਕ ਬਹੁਤ ਵਧੀਆ ਜੀ ਗੱਲ ਹੈ ਕਿਉਂਕਿ ਤੁਸੀਂ ਪੂਰੇ ਪ੍ਰਪੇਅਰ ਹੋ ਕੇ ਪੂਰੇ ਹੁਣ ਤੁਸੀਂ ਇੱਕ ਰਾਈਟ ਪਲੇਸ 'ਤੇ ਆਣ ਕੇ ਕਹਿੰਦੇ ਐਲਬਮ ਕਰਨੀ ਔਰ ਸਿੰਗਲ ਟਰੈਕਸ ਕੀਤੇ ਨੇ, ਤੇ ਅਸੀਂ ਵੀ ਉਸ ਇੰਤਜ਼ਾਰ ਕਰਾਂਗੇ ਉਸ ਐਲਬਮ ਦਾ। ਬਿਲਕੁਲ, ਤੇ ਫਿਊਚਰ ਦੇ ਵਿੱਚ ਸਾਡਾ ਵੀਰ ਕੀ ਸੋਚਦਾ ਕਿ ਮੇਰਾ ਸੰਗੀਤ ਜਿਹੜਾ ਆ ਉਹ ਤੁਸੀਂ ਕਿਸ ਤਰ੍ਹਾਂ, ਵੈਸੇ ਤਾਂ ਸਾਨੂੰ ਤੁਹਾਡੀਆਂ ਗੱਲਾਂ ਤੋਂ ਪਤਾ ਲੱਗ ਗਿਆ ਕਿ ਤੁਸੀਂ ਕਿੱਦਾਂ ਹੱਥ ਪਾਏ ਆ, ਕਿੰਨੇ ਕੁ ਮਜ਼ਬੂਤ ਹੱਥ ਪਾਏ ਆ, ਪਰ ਫਿਰ ਵੀ ਅਸੀਂ ਤੁਹਾਤੋਂ ਪੁੱਛਣਾ ਚਾਹਾਂਗੇ ਕਿ ਤੁਹਾਡੇ ਕੀ ਪਲੈਨਸ ਨੇ ਔਰ ਫਿਊਚਰ ਪਲੈਨ ਕੀ ਔਰ ਕੀ ਸੋਚਦਾ ਸਾਡਾ ਵੀਰ ਹਾਰਟ ਮਾਨਕੂ ਸਾਹਿਬ। ਹਾਂਜੀ, ਪਹਿਲਾਂ ਤਾਂ ਜੀ ਬਸ ਆਹ ਐਲਬਮ ਦੇਖਦੇ ਲੋਕਾਂ ਦੀ ਨਜ਼ਰ ਕਿੱਥੇ ਪੈਂਦੀ, ਦੇਖਦੇ ਆ ਬਾਬਾ ਜੀ ਕੀ ਚਾਹੁੰਦੇ ਨੇ, ਕੀ ਕਰਨਾ, ਕੀ ਕਰਾਉਣਾ ਚਾਹੁੰਦੇ, ਤੇ ਫਿਰ ਲਾਈਕ ਓਦਾਂ ਦੇ ਗੀਤ ਉਹਨਾਂ ਨੂੰ ਦਈ ਜਾਵਾਂਗੇ, ਲਾਈਕ ਫਿਰ ਬਸ ਚੰਗਾ ਗਾਵਾਂਗੇ ਜੀ ਅਸੀਂ, ਚੰਗਾ ਹੀ ਗਾਉਂਦੇ ਰਹਾਂਗੇ। ਬਿਲਕੁਲ ਜੀ, ਚੰਗਾ ਤਾਂ ਗਾਉਣਾ ਹੀ ਪੈਣਾ ਤੁਹਾਨੂੰ ਕਿਉਂਕਿ ਡੈਡੀ ਕੋਲ ਹੀ ਹੁੰਦਾ। ਡੈਡੀ ਕੋਲ, ਹਾਂਜੀ ਹਾਂਜੀ ਹਾਂ, ਤੇ ਡੈਡੀ ਨੇ ਦੱਸ ਦੇਣਾ ਵੀ ਮਣਕੂ ਆਪਾਂ ਦੋ ਪੈਰ ਘੱਟ ਤੁਰਨਾ ਆ ਪਰ ਤੁਣਕਾ ਅਟਕਣ ਵਾਲਿਆ ਪੁੱਤਰਾ। ਹਾਂਜੀ ਹਾਂਜੀ, ਤੇ ਬਿਲਕੁਲ ਜੀ, ਹੁਣ ਡੈਡੀ ਨਾਲ ਨੀ ਹੈਗੇ, ਅਸੀਂ ਚਾਹੁੰਦੇ ਸੀ ਵੈਸੇ ਤੁਹਾਡੇ ਡੈਡੀ ਨਾਲ ਗੱਲ ਕਰਨੀ, ਤੇ ਮੈਂ ਪਰਸੋਂ ਮੈਂ ਬਾਹਰ ਸੀਗਾ ਜੀ, ਤੇ ਮੈਂ ਦਿੱਲੀ ਗਿਆ ਸੀਗਾ ਜੀ, ਫਿਰ ਮੈਂ ਉੱਥੋਂ ਚੰਡੀਗੜ੍ਹ ਮੈਂ ਲੇਟ ਹੋ ਗਈ ਥੋੜ੍ਹਾ ਜਿਹਾ। ਹਾਂਜੀ ਹਾਂਜੀ ਬਿਲਕੁਲ ਜੀ, ਤੇ ਮੈਂ ਵੀ ਚਾਹੁੰਦਾ ਸੀ, ਵੈਸੇ ਮੈਂ ਚਾਹੁੰਦਾ ਸੀ ਕਿ ਤੁਹਾਡੇ ਡੈਡ ਦਾ ਬਹੁਤ ਵੱਡਾ ਸਹਿਯੋਗ ਆ ਵੀ ਉਹਨਾਂ ਨੂੰ ਰੂਬਰੂ ਕਰਦੇ ਸਾਰੇ ਚਾਹੁਣ ਵਾਲਿਆਂ ਦੇ। ਤੇ ਸੋਢੀ ਵਿਧੀਪੁਰੀਆ ਦਾ ਮੈਸੇਜ ਆ ਜੀ ਕੁਵੈਤ ਵਾਲਿਆਂ ਤੋਂ, ਕਹਿੰਦਾ ਸਤਿ ਸ਼੍ਰੀ ਅਕਾਲ ਵੀਰ ਜੀ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਸੋਢੀ ਵਿਧੀਪੁਰੀਆ, ਤੇ ਜੀਤਾ ਧਾਲੀਵਾਲ ਕਹਿੰਦਾ ਜੀ ਲੰਡਨ ਵਾਲਾ ਸਤਿ ਸ਼੍ਰੀ ਅਕਾਲ ਵੀਰ ਜੀ, ਤੇ ਸਤਿ ਸ਼੍ਰੀ ਅਕਾਲ ਵੀਰਾਂ ਦੀ ਕਾਫੀ ਆਈ ਹੈ ਮੈਸੇਜ, ਕਾਫੀ ਆਏ ਜਿਹਨੇ ਵੀਰਾਂ ਦੇ ਮੈਸੇਜ ਆਇਆ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਕਹਿੰਦਾ ਜੀ। ਮੈਂ ਲਾਈਨ ਨੂੰ ਮੇਰੇ ਕੋਲ ਗ੍ਰੀਨ ਨਹੀਂ ਕਰ ਰਿਹਾ, ਤੇ ਆਪਾਂ ਜਲਦੀ ਗੱਲਾਂ ਕਰਾਂਗੇ, ਕੋਲ 'ਚ ਜੁੜਾਂਗੇ ਤੁਹਾਡੇ ਨਾਲ ਵਾਪਸ ਫਿਰ ਵਾਂਸ ਅਗੇਨ। ਤੇ ਹਾਰਟ ਮਾਨਕੂ ਸਾਹਿਬ, ਜਿਸ ਤਰ੍ਹਾਂ ਤੁਸੀਂ ਐਲਬਮ ਆ ਰਹੀ ਹੈ, ਐਲਬਮ ਦਾ ਥੋੜਾ ਜਿਹਾ ਗੈਸ ਦੇ ਦਿਓ ਕਿ ਫਾਈਨਲ ਐਲਬਮ ਜਿਹੜੀ ਤੁਸੀਂ ਕਦੋਂ ਸਾਰਿਆਂ ਦੇ ਝੋਲੀ ਵਿੱਚ ਪਾ ਰਹੇ ਹੋ? ਅਸੀਂ ਐਕਚੁਲੀ ਹੁਣ 5 ਤਰੀਕ ਨੂੰ ਸਾਡਾ ਸਟੂਡੀਓ ਰੈਡੀ ਹੋਣਾ ਜੀ, ਅਸੀਂ ਓਪਨਿੰਗ ਕਰ ਸਕਦੇ ਹਾਂ, ਤੇ ਅਸੀਂ ਮੈਂ ਤੇ ਗੁਰੀ ਭਾਜੀ ਨੇ 2 ਮਹੀਨੇ ਦਾ ਟਾਰਗੇਟ ਲੈ ਕੇ ਰੱਖਿਆ ਵੀ ਅਸੀਂ ਆਡੀਓ ਪ੍ਰੋਜੈਕਟ ਸਾਰਾ ਫਾਈਨਲ ਕਰ ਦਾਂਗੇ ਜੀ। ਜੀ ਹਾਂਜੀ, 2-3 ਮਹੀਨਿਆਂ ਦੇ ਵਿੱਚ ਅਸੀਂ ਸੋਚ ਰਹੇ ਹਾਂ ਜੀ ਅਸੀਂ ਲਾਂਚ ਕਰ ਦਈਏ। ਤੇ ਮਤਲਬ ਤੁਹਾਡਾ ਕਿ ਅਗਸਤ ਟੱਪ ਕੇ ਅੱਗੇ ਜਾਊਗਾ ਕੰਮ? ਹਾਂਜੀ ਹਾਂਜੀ ਹਾਂਜੀ, ਠੀਕ ਹੈ ਜੀ, ਤੇ ਬਹੁਤ ਵਧੀਆ ਗੱਲ ਤੁਸੀਂ ਦੱਸੀ ਆ। ਤਾਂ ਇਸ ਦੇ ਨਾਲ ਇਹ ਵੀ ਪੁੱਛਣਾ ਚਾਹਾਂਗੇ ਕਿ ਤੁਹਾਡੇ ਚਾਹੁਣ ਵਾਲੇ ਦੋਸਤ ਮਿੱਤਰ ਜਾਂ ਜਿਹੜੇ ਹਾਰਟ ਮਾਨਕ ਨੂੰ ਜਾਣਦੇ ਆ ਸਕੂਲ ਫਰੈਂਡਸ ਜਾਂ, ਔਰ ਕਿਸ ਤਰੀਕੇ ਨਾਲ ਤੁਹਾਡਾ ਲਿੰਕ ਆਊਟ ਕਰਦੇ ਨੇ ਔਰ ਕਰਨਾ ਚਾਹੁਣ ਤਾਂ ਕਿਸ ਤਰ੍ਹਾਂ ਲਿੰਕ ਕਰਦੇ ਨੇ ਤੁਹਾਡੇ, ਕਰਨਗੇ ਤੁਹਾਡੇ ਕੋਈ ਅਫੀਸ਼ੀਅਲ ਵੈਬਸਾਈਟ ਜਾਂ ਪੇਜ ਜਾਂ ਇਸ ਬਾਰੇ ਥੋੜਾ ਚਾਨਣਾ ਪਾਓਗੀ, ਤੁਹਾਨੂੰ ਕਿੱਥੇ ਔਰ ਕਿਸ ਤਰੀਕੇ ਨਾਲ ਮਿਲ ਸਕਦੇ ਨੇ ਤੁਹਾਡੇ ਚਾਹੁਣ ਵਾਲੇ ਸਾਰੇ? ਅੱਜ ਮੈਨੂੰ ਫੇਸਬੁੱਕ ਤੇ ਤੁਸੀਂ ਹਾਰਟ ਮਨ ਕੋ ਲਿਖ ਕੇ, ਜਿੱਥੇ ਵੀ ਲਾਈਕ ਟਵਿੱਟਰ ਤੇ ਵੀ, ਫੇਸਬੁੱਕ ਤੇ, ਮਾਈ ਸਪੇਸ ਤੇ, ਸਾਰਿਆਂ ਤੇ ਹਾਰਟ ਮਨ ਕੋ ਲਿਖ ਕੇ ਤੁਸੀਂ ਸਰਚ ਕਰ ਲਿਓ, ਤੇ ਲਾਈਕ ਸਾਰੀਆਂ ਮੇਰੀਆਂ ਅਫੀਸ਼ੀਅਲ ਆਈਡੀ ਫੈਨ ਪੇਜ ਵਗੈਰਾ ਹੈਗੇ ਨੇ ਜੀ, ਤੇ ਉੱਦਾਂ ਲਾਈਕ ਜਿਹੜੇ ਮੇਰੇ ਖਾਸ ਨੇ ਮੈਂ ਉਹਨਾਂ ਨਾਲ ਰਹਿਣਾ ਜੀ ਸਾਰਾ ਦਿਨ, ਖੰਨੇ ਦੇ ਵਿੱਚ ਰਹੀ ਦਾ ਜੀ, ਹੋਰ ਤਾਂ ਆਪਾਂ ਕਿਤੇ ਜਾਈਦਾ ਨਹੀਂ ਕਿਉਂਕਿ ਸਟੂਡੀਓ ਸਾਡਾ ਖੰਨੀ ਹੈ। ਕਿਆ ਬਾਤ ਹੈ ਜੀ, ਹਮੇਸ਼ਾ ਖੰਨੇ ਦੇ ਵਿੱਚ ਹੀ ਲਿੰਕ ਆਊਟ ਕਰ ਸਕਦੇ ਨੇ।
ਤੇ ਅੱਜ ਕੱਲ ਇੱਕ ਛੋਟਾ ਜਿਹਾ ਸਵਾਲ ਪੁੱਛਣਾ ਚਾਹੂੰਗਾ। ਹਾਰਟ ਮਾਨਕੂ ਸਾਹਿਬ, ਤੁਸੀਂ ਵੀ ਜੰਗ ਏਜ ਦੇ ਖਿਡਾਰੀ ਹੋ ਔਰ ਇੰਡੀਆ ਦੇ ਵਿੱਚ ਅੱਜ ਬੜਾ ਟ੍ਰੈਂਡ ਚੱਲਿਆ ਹੋਗੇ ਨਸ਼ਿਆਂ ਦਾ, ਔਰ ਤੁਸੀਂ ਦੇਖਦੇ ਵੀ ਹੋ, ਔਰ ਇਸ ਬਾਰੇ ਕੀ ਕਹਿਣਾ ਚਾਹੋਗੇ? ਅੱਜ ਕੱਲ ਜਿਹੜੀ ਚੱਲ ਰਹੀ ਹੈ ਉਹ ਕੀ ਹੋਣਾ ਚਾਹੀਦਾ, ਤੁਹਾਡੇ ਕੀ ਵਿਊਜ਼ ਨੇ ਇਸ ਚੀਜ਼ ਬਾਰੇ? ਮੈਂ ਹੁਣ ਇਹਦੇ ਬਾਰੇ ਕੀ ਕਹਾਂ, ਜਿੱਦਾਂ ਹੁਣ ਜਿੰਨਾ ਲਾਈਕ ਆਪਣੀ ਸੋਚ ਤੇ ਆਉਣਾ ਤੇ ਸੋਚ ਸਾਫ ਰੱਖਣ ਜੀ, ਤੁਸੀਂ ਇਹ ਗਲਤ ਹੈ ਜਦ ਤੱਕ ਉਹ ਸੋਚਦੇ ਨੇ ਵੀ ਇਹ ਗਲਤ ਹੈ ਉਦੋਂ ਤੱਕ ਨਹੀਂ ਹਟ ਸਕਦੇ ਜੀ। ਅਸੀਂ ਲਾਈਕ ਸਾਡੇ ਵੀ ਦੋਸਤ ਨੇ ਜੀ, ਅਸੀਂ ਉਹਨਾਂ ਨੂੰ ਵੀ ਰੋਕੀ ਲਿਆ ਜਦ ਤੱਕ ਉਹਨਾਂ ਨੂੰ ਆਪਣੀ ਸੁਰਤ ਨਹੀਂ ਆਉਂਦੀ ਜੀ ਹਾਂ ਇਹ ਚੀਜ਼ ਗਲਤ ਹੈ, ਜੋ ਵੱਡਾ ਨੁਕਸਾਨ ਨਹੀਂ ਹੁੰਦਾ ਉਦੋਂ ਤੱਕ ਸੁਧਰਦੇ ਰਹੇ। ਬਸ ਯਾਨੀ ਕਿ ਨਸ਼ਿਆਂ ਤੋਂ ਦੂਰ ਰਹੋ, ਬਸ ਮੈਂ ਤਾਂ ਇਹੀ ਕਹਿਣਾ ਚਾਹੁੰਦਾ। ਹੱਥ ਜੋੜ ਕੇ ਬੇਨਤੀ ਹੈ ਮੇਰੇ ਵੱਲੋਂ ਸਾਰਿਆਂ ਨੂੰ, ਵੱਡੇ ਮੇਰੇ ਛੋਟੇ ਵੀ ਜੋ ਵੀ ਨੇ, ਮੈਂ ਹੱਥ ਜੋੜ ਕੇ ਮੇਰੀ ਇਹੀ ਬੇਨਤੀ ਹੈ ਕਿ ਨਸ਼ਿਆਂ ਤੋਂ ਦੂਰ ਰਹੋ ਬਸ। ਮੈਂ ਕੁਛ ਨਹੀਂ ਰੱਖਿਆ, ਕੋਈ ਫਿਊਚਰ ਨਹੀਂ, ਆਪਣੀ ਲਾਈਫ ਖਰਾਬ ਕਰਦੇ ਹੋ ਤੇ ਆਪਣੇ ਮਾਪਿਆਂ ਦੀ ਲਾਈਫ ਖਰਾਬ ਕਰਦੇ। ਬਿਲਕੁਲ ਜੀ, ਆਪਣੀ ਲਾਈਫ ਖਰਾਬ ਕਰਦੇ ਹੋ ਤੇ ਆਪਣੇ ਮਾਪਿਆਂ ਦੀ ਲਾਈਫ ਖਰਾਬ ਕਰਦੇ ਹੋ, ਜਿਸ ਦਾ ਕਰਕੇ ਜੀ ਸਾਨੂੰ ਸਿਰ ਝੁਕਾਉਣਾ ਪਵੇ, ਸਾਡਾ ਸਿਰ ਝੁਕ ਜਾਂਦਾ ਹੈ, ਔਰ ਉਹ ਕੰਮ ਸਾਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ ਜਿਸ ਨਾਲ ਸਾਡਾ ਸਿਰ ਝੁਕਦਾ। ਤੇ ਇਸ ਕਰਕੇ ਸਾਰਿਆਂ ਨੂੰ ਹੀ ਖਿਆਲ ਰੱਖਣਾ ਚਾਹੀਦਾ, ਤੇ ਬਿਲਕੁਲ ਸੱਚੀ ਗੱਲ ਕਹੀ ਆ। ਤੇ ਆਪਣੇ ਚਾਹਣ ਵਾਲਿਆਂ ਨੇ ਕੋਈ ਸੰਦੇਸ਼, ਕੋਈ ਮੈਸੇਜ ਹਾਰਟ ਮਾਨਕੂ ਸਾਹਿਬ ਜੀ, ਆਪਣੇ ਚਾਹਣ ਵਾਲਿਆਂ ਨੂੰ, ਆਪਣੇ ਦੋਸਤਾਂ ਨੂੰ, ਆਪਣੇ ਪਿਆਰੇ ਪਿਆਰੇ ਲਿਸਨਰਸ ਨੂੰ, ਰੱਬ ਵਰਗੇ ਸਰੋਤਿਆਂ ਨੂੰ ਕੀ ਕਹਿਣਾ ਚਾਹੋਗੇ? ਕੋਈ ਸੰਦੇਸ਼, ਕੋਈ ਮੈਸੇਜ ਜਾਂਦੇ ਜਾਂਦੇ? ਲਾਈਕ ਮੈਂ ਤਾਂ ਇਹੀ ਚਾਹੁੰਦਾ ਵੀ ਖੁਸ਼ ਰਹੋ, ਬਸ ਚੰਗਾ ਸੁਣੋ, ਤੇ ਜਿਵੇਂ ਹੁਣ ਅੱਜ ਕੱਲ੍ਹ ਕਹਿੰਦੇ ਨੇ ਵੀ ਮਾੜੇ ਗੀਤ ਚੱਲਦੇ ਨੇ, ਜੇ ਆਪਾਂ ਨੂੰ ਰਾਹਾਂ ਮਿਲਦਾ ਆ ਅੱਗੇ ਵੱਧਦੇ ਨੇ ਜੀ, ਹੋਰ ਉਦਾਂ ਦੇ ਕਰਦੇ ਆ, ਚੰਗਾ ਸੁਣੋਗੇ ਤਾਂ ਲਾਈਕ ਚੰਗਾ ਹੀ ਬਣਾਉਣਗੇ ਸਾਰੇ ਜੀ। ਬਸ ਮੈਂ ਇਹੀ ਸੁਨੇਹਾ ਦਿੰਦਾ ਜੀ ਸਾਰਿਆਂ ਨੂੰ। ਕਿਆ ਬਾਤ ਹੈ ਜੀ, ਤੇ ਜਾਂਦੇ ਜਾਂਦੇ ਜੀ ਸਾਡੇ ਨਾਲ ਗੱਲਬਾਤ ਕਰਨ ਆਏ ਨੇ ਜੀ, ਸਾਡੇ ਨਾਲ ਜੀ ਸਾਡੇ ਸਿਮਰਨ ਜੀ ਤੁਹਾਨੂੰ ਮਿਲਣਾ ਨੇ ਜੀ। ਸਿਮਰਨ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਸੁਰਜੀਤ, ਤੁਹਾਨੂੰ ਤੇ ਹਰਜੀਤ ਤੁਹਾਨੂੰ ਵੀ। ਹੋਰ ਕੀ ਹਾਲ ਚਾਲ ਹੈ? ਠੀਕ ਹੈ ਜੀ, ਬਿਲਕੁਲ ਬਿਲਕੁਲ ਜੀ ਬਿਲਕੁਲ। ਤੇ ਸੁਣ ਰਹੀ ਸੀ ਤੁਹਾਡੀ ਇੰਟਰਵਿਊ, ਦੇਖਿਆ ਜਾਂਦੇ ਜਾਂਦੇ ਜੇ ਮੈਨੂੰ ਮੌਕਾ ਮਿਲ ਜਾਏ ਤਾਂ ਮੈਂ ਵੀ ਤੁਹਾਡੇ ਨਾਲ ਗੱਲਬਾਤ ਕਰ ਲਾਂ, ਸੋ ਸ਼ੁਭ ਜੀ ਮਿਹਰਬਾਨ ਹੋ ਹੀ ਗਏ ਨੇ। ਹਾਂਜੀ ਤੇ ਬਿਲਕੁਲ, ਤੇ ਰੈਪ ਦਾ ਮੈਂ ਤੁਹਾਨੂੰ ਕਿਹਾ ਤੁਸੀਂ ਪੂਰਾ ਨਹੀਂ ਕੀਤਾ, ਮੈਂ ਕਿਹਾ ਮੈਂ ਆ ਕੇ ਸੁਣਨਾ ਹੈਗਾ ਤੁਹਾਡੇ ਤੋਂ ਦੁਬਾਰਾ ਫਿਰ। ਇੱਥੇ ਰੱਖ ਲਓ ਜੀ, ਪਹੁੰਚ ਗਏ ਹੋ, ਪਤਾ ਕਿ ਲਾਈਵ ਇੰਟਰਵਿਊ ਚੱਲਦੀ ਹੈ, ਬੰਦਾ ਥੋੜਾ ਮੋਟਾ ਨਰਵਸ ਹੋ ਜਾਂਦਾ ਜੀ, ਜਦੋਂ ਬੰਦੇ ਪਹਿਲੀ ਇੰਟਰਵਿਊ ਹੋਵੇ ਬੰਦਾ ਹੋਰ ਨਰਵਸ ਹੋ ਜਾਂਦਾ ਜੀ। ਬਿਲਕੁਲ ਜੀ ਬਿਲਕੁਲ ਵੀ ਨਰਵਸ ਹੋਣ ਦੀ ਕੋਈ ਲੋੜ ਨਹੀਂ, ਸਾਰਾ ਆਪਣਾ ਹੀ ਪਰਿਵਾਰ ਹੈ, ਸੋ ਮੈਂ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੀ ਹਾਂ, ਤੇ ਬਿਲਕੁਲ ਤੁਹਾਡਾ ਮੈਂ ਸੁਣਦੀ ਰਹਿੰਦੀ ਹਾਂ, ਉਹਦੇ ਵਿੱਚ ਵੀ ਸੁਣਿਆ ਰੁਪਿੰਦਰ ਹਾਂਡਾ ਦੇ ਟਰੈਕ ਵਿੱਚ ਵੀ ਸੁਣਿਆ, ਸੋ ਬਹੁਤ ਵਧੀਆ, ਸੋ ਕੀਪ ਇਟ ਅਪ। ਬਿਲਕੁਲ ਜੀ ਬਿਲਕੁਲ। ਤੇ ਮਾਨਕੂ ਸਾਹਿਬ ਤੁਸੀਂ ਅੱਜ ਆਪਣਾ ਕੀਮਤੀ ਟਾਈਮ ਕੱਢਿਆ ਵੀਰ ਜੀ, ਤੇ ਅਸੀਂ ਸਾਡੀਆਂ ਬੈਸਟ ਵਿਸ਼ਿਜ਼ ਨੇ ਤੁਹਾਡੇ ਆ ਰਹੀ ਐਲਬਮਸ ਦੇ ਬਾਰੇ, ਪਰ ਅਸੀਂ ਤੁਹਾਨੂੰ ਜਲਦੀ ਹੀ ਤੁਹਾਡੀ ਐਲਬਮ ਸਟੂਡੀਓ ਰੈਡੀ ਹੋ ਜਾਂਦਾ ਤੇ ਤੁਹਾਡੇ ਫੁੱਲ ਸੌਂਗਸ ਦੇ ਨਾਲ ਅਸੀਂ ਕਿਸੇ ਦਿਨ ਲੈ ਕੇ ਫਿਰ ਇੱਕ ਵਾਰੀ ਫਿਰ ਮਹਿਫਲ ਵਿੱਚ ਹਾਜ਼ਰੀ ਲਵਾਵਾਂਗੇ ਤੁਹਾਡੀ। ਤੇ ਮੇਰੇ ਵੱਲੋਂ ਸਾਰੇ ਪਰਿਵਾਰ ਨੂੰ ਤੇ ਸਾਰੇ ਦੋਸਤਾਂ ਮਿੱਤਰਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਡੀ ਆ ਰਹੀ ਐਲਬਮ ਦੇ ਬੈਸਟ ਵਿਸ਼ਿਜ਼, ਤੇ ਬਹੁਤ ਬਹੁਤ ਸ਼ੁਕਰੀਆ। ਤੇ ਸਾਡੇ ਨਾਲ ਇੱਕ ਮਿੰਟ ਲਈ ਬਣੇ ਰਹੋ ਤੇ ਤੁਹਾਡੇ ਨਾਲ ਹੀ ਗੱਡੀ ਚ ਚੱਲਦੇ, ਤੁਸੀਂ ਗੱਡੀ ਚੋ ਤੇ ਬਸ ਇੱਕ ਮਿੰਟ ਤੁਹਾਡਾ ਸੌਂਗ, ਪਿਆਰਾ ਜਿਹਾ ਸੌਂਗ ਪਲੇ ਕਰਦੇ ਹਾਂ। ਤੇ ਲੋ ਦੋਸਤੋ, ਇਹ ਸੀ ਸਾਡੇ ਨਾਲ ਜੀ ਹਾਰਟ ਮਾਨਕੂ ਸਾਹਿਬ, ਬਹੁਤ ਹੀ ਪਿਆਰੇ ਜਿਹਾ ਵੀਰ, ਪੰਜਾਬੀ ਮਾਂ ਬੋਲੀ ਦੇ ਪੁੱਤਰ, ਵਿਰਸੇ ਦੇ ਵਾਰਸਾਂ ਦੇ ਵਿੱਚੋਂ, ਤੇ